ਮਰਬੇਬੰਦੀ ਹੋਈ ਆ ਪੰਜਾਬ ਦੀ, ਇਹ ਵੀ ਕੈਰੋਂ ਦੇ ਟਾਈਮ ਤੇ? ਕੈਰੋਂ ਨਹੀਂ ਕਰਵਾਈ ਹੈ, ਉਹ ਕਹਿੰਦਾ ਸੀ ਵੀ ਜਦ ਬਿੱਕਾ ਬਿੱਕਾ ਦੋ ਬਿੱਕਾ ਨਾ ਤਾਂ ਤੁਸੀਂ ਸਿੰਜਣ ਦਾ ਕੋਈ ਸਾਧਨ ਬਣਾ ਸਕਦੇ ਹੋ, ਨਾ ਤੁਸੀਂ ਕੋਈ ਮਸ਼ੀਨਰੀ ਵਰਤ ਸਕਦੇ ਹੋ ਇਹਦੇ 'ਚ। ਮੰਗਲਵਾਰ ਨੂੰ 10 ਮੀਲ ਨਹਿਰ ਸਾਰੀ ਟੁੱਟੀ ਹੋਈ ਆ, ਵੀ ਇਹ ਤਾਂ 2-2.5 ਮਹੀਨੇ ਤੋਂ ਘੱਟ ਨਹੀਂ ਪਾਣੀ ਆਉਣਾ ਇੱਥੇ। ਕਹਿੰਦਾ ਫਿਰ ਬਿਹਤਰੇ ਬੰਨ ਲਓ, ਮੁੰਡੇ ਪੜ੍ਹੇ ਲਿਖੇ ਬਹੁਤ ਨੇ ਮੇਰੇ ਕੋਲ, ਕਹਿੰਦਾ ਵੀ ਉਹ 10 ਮੀਲ 'ਚ ਪਤਾ ਨਹੀਂ ਕਿੰਨਾ ਕੁ ਬੁਲਡੋਜ਼ਰ ਵਿੱਚੇ ਗਧਿਆਂ ਵਾਲੇ ਕਰੇਨਾਂ ਵਾਲੇ ਇੰਨੀ ਮਸ਼ੀਨਰੀ ਆ ਉਤਰੀ, ਸੋਮਵਾਰ ਨੂੰ ਸ਼ਾਮ ਨੂੰ ਪਾਣੀ ਪੜਾਤਾ ਉੱਥੇ। ਜੇ ਅਸੀਂ ਅੱਗੇ ਪਾਸੇ ਜਾਣਾ ਨਾ, ਜੱਟਾਂ ਨੇ ਸੀਟ ਛੱਡ ਕੇ ਉੱਠ ਖੜਨਾ, ਸਰਦਾਰ ਜੀ ਤੁਸੀਂ ਬੈਠ ਜਾਓ। ਸਤਿਕਾਰ, ਜਦੋਂ ਹਰਿਆਣਾ ਰਹਿਦਾ ਹੋ ਗਿਆ, ਜੱਟਾਂ ਨੇ ਜਾਣ ਕੇ ਬੀੜੀ ਲਾਉਣੀ, ਜੇ ਅਸੀਂ ਕਹਿਣਾ ਵੀ ਚੌਧਰੀ ਵੀ ਬੀੜੀ ਨਾ ਲਾ, ਸਰਦਾਰ ਜੀ ਹਰਿਆਣਾ ਆਇਆ ਪੰਜਾਬ ਨਹੀਂ। ਪੰਜਾਬੀ ਮੁੰਡਿਆਂ ਨੇ ਅਪਲਾਈ ਕਰਨਾ, ਜਿਹੜੇ ਚੇਅਰਮੈਨ ਆਉਂਦੇ ਸੀ ਉਹਨੇ ਆ ਕੇ ਵਿੱਚ ਪੁੱਛਣਾ ਨਾ, ਦੇਖਿਆ ਵੀ ਸਰਦਾਰ ਆ ਮੁੰਡਾ, ਸਰਦਾਰ ਜੀ ਹਰਿਆਣਾ ਮੈਂ ਨੌਕਰੀ ਕਰਨੀ ਹੈ, ਤੂੰ ਜੱਟ ਦੀ ਕਬੀਲ ਸੇ ਜਨਮ ਲੈਣਾ ਤਾਂ। ਅੱਛਾ, ਇੱਥੇ ਤੱਕ ਐਂ ਕਹਿ ਕੇ ਗੈਟ ਆਊਟ। ਨਵੇਂ ਪ੍ਰੋਗਰਾਮ ਆਪ ਜੀ ਦਾ ਸਵਾਗਤ ਹੈ ਜੀ। ਪਿਛਲੇ ਪ੍ਰੋਗਰਾਮ ਨੂੰ ਆਪ ਜੀ ਨੇ ਬੜਾ ਪਿਆਰ ਦਿੱਤਾ, ਸੋ ਅੱਜ ਇੱਕ ਵਾਰੀ ਫਿਰ ਬੇਨਤੀ ਕਰਕੇ ਬਾਪੂ ਜੀ ਨੂੰ ਲੈ ਕੇ ਆਏ ਹਾਂ, ਅਤੇ ਉਹ ਗੱਲਬਾਤ ਜਿਹੜੀ ਵਿੱਚ ਰਹਿ ਗਈ ਸੀਗੀ ਸਟੋਰੀ ਇਹਨਾਂ ਦੀ, ਉਹ ਤੁਹਾਨੂੰ ਅਗਲੀ ਗੱਲਬਾਤ ਸੁਣਾਉਂਦੇ ਹਾਂ। ਮੈਂ ਇੱਥੇ ਥੋੜ੍ਹਾ ਐਡ ਕਰ ਦੇਵਾਂ ਜਿਹੜੇ ਨਵੇਂ ਵੀ ਬੰਦੇ ਹੈਗੇ, ਕਿ ਮੇਰੇ ਪਿਤਾ ਜੀ ਸਰਦਾਰ ਦਰਸ਼ਨ ਸਿੰਘ ਸਮਰਾ, ਪਿੰਡ ਪਹੀੜ, ਜ਼ਿਲ੍ਹਾ ਲੁਧਿਆਣਾ, ਮੰਡੀ ਅਹਿਮਦਗੜ੍ਹ ਦੇ ਨਾਲ ਰਾੜਾ ਸਾਹਿਬ, ਸਭ ਤੋਂ ਬਹੁਤ ਨੇੜੇ ਆ ਉਸ ਇਲਾਕੇ ਦੇ ਅਸੀਂ। ਸੋ ਬਾਪੂ ਜੀ ਇਸ ਵੇਲੇ 80+ ਨੇ, ਅਤੇ ਸਿਹਤ ਵੱਲੋਂ ਠੀਕ ਨੇ, ਵਧੀਆ ਤੁਰਦੇ ਫਿਰਦੇ ਆ, ਅਤੇ ਇਹਨਾਂ ਦੀ ਜ਼ਿੰਦਗੀ ਦਾ ਉਹ ਸਫ਼ਰ ਆ ਜਿਹੜਾ ਆਪਾਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਤਾਂ ਕਿ ਆਪਾਂ ਸਿੱਖੀਏ ਕਿ ਇਹ ਨਹੀਂ ਕਿ ਅਸੀਂ ਬਹੁਤ ਮਸ਼ੱਕਤ ਕੀਤੀ ਆ, ਅਸੀਂ ਬਹੁਤ ਐਫਰਟ ਕੀਤੀ ਆ, ਅਸੀਂ ਜ਼ਿੰਦਗੀ 'ਚ ਬਹੁਤ ਸੰਘਰਸ਼ ਕੀਤਾ। ਹਰ ਬੰਦੇ ਨੂੰ ਲੋੜ ਮੁਤਾਬਕ ਸੰਘਰਸ਼ ਆਪਣੀ ਜ਼ਿੰਦਗੀ 'ਚ ਕਰਨਾ ਹੀ ਪੈਂਦਾ। ਸੋ ਕਿਵੇਂ ਇਹਨਾਂ ਨੇ ਸਕੂਲ 'ਚੋਂ, ਜਦੋਂ ਅਨਪੜ੍ਹ ਮਾਂ ਬਾਪ ਸੀਗੇ ਫਿਰ ਉਹਨਾਂ ਨੂੰ ਪੜ੍ਹਾਈ ਦੀ ਕਦਰ ਨਹੀਂ ਸੀਗੀ, ਕਿਵੇਂ ਪੜ੍ਹਾਈ 12 ਕਰਕੇ ਛੱਡ ਕੇ ਫਿਰ ਨੌਕਰੀ ਦੀ ਤਲਾਸ਼ 'ਚ ਗਏ। ਇੱਕ ਆਮ ਪਿੰਡ ਦਾ ਮਾਲਵੇ ਦਾ ਮੁੰਡਾ ਜਦੋਂ ਨੌਕਰੀ ਲੱਭਣ ਰਾਜਸਥਾਨ, ਹਰਿਆਣੇ, ਉਦੋਂ ਹਰਿਆਣਾ ਤਾਂ ਨਹੀਂ ਸੀ ਖੈਰ ਜਦੋਂ ਦੀਆਂ ਗੱਲਾਂ ਨੇ, ਅਤੇ ਉਹ ਸਾਰੀਆਂ ਗੱਲਾਂ ਆਪਾਂ ਦੇਖੀਏ ਵੀ ਇਹਨਾਂ ਦੀ ਜ਼ਿੰਦਗੀ ਦਾ ਜਿਹੜਾ ਸੰਘਰਸ਼ ਆ ਉਹ ਕਿੰਨਾ ਲੰਮਾ ਹੈਗਾ। ਸੋ ਬਾਪੂ ਜੀ ਸਵਾਗਤ ਹੈ ਇੱਕ ਵਾਰੀ ਫਿਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਇਹ ਦੱਸੋ ਵੀ ਤੁਸੀਂ ਉੱਥੇ ਫਿਰ ਜੀਪ ਫੜ ਕੇ ਬੁਧਨੀ ਟ੍ਰੇਨਿੰਗ ਸੈਂਟਰ 'ਤੇ ਪਹੁੰਚ ਗਏ? ਉੱਥੇ ਪਹੁੰਚੇ, ਜੀਪ ਆ ਗਈ, ਉਹਨੇ ਸਾਡਾ ਸਮਾਨ ਰੱਖਿਆ। ਅੱਛਾ ਜੀ। ਰੱਖ ਕੇ ਸਾਨੂੰ ਕਹਿੰਦੇ ਵੀ ਚਲੋ। ਗਏ ਉੱਥੇ ਤਾਂ ਉੱਥੇ ਦਾ ਜਿਹੜਾ ਡਾਇਰੈਕਟਰ ਸੀ ਉਹ ਐਸ ਗੁਪਤਾ, ਸੂਰਤਗੜ੍ਹ, ਸਾਡਾ ਮਕੈਨੀਕਲ ਇੰਜੀਨੀਅਰ ਹੁੰਦਾ। ਅੱਛਾ ਜੀ। ਉਹਨੇ ਤਾਂ ਮੈਨੂੰ ਪਛਾਣ ਲਿਆ, ਮੈਂ ਵੀ ਪਛਾਣ ਲਿਆ, ਪਰ ਅਸੀਂ ਗੱਲ ਨਾ ਕੀਤੀ। ਅੱਛਾ ਜੀ। ਅਤੇ ਉਹ ਮੈਨੂੰ ਹੋਰ ਕਹਿੰਦਾ, ਸਾਰਾ ਸਮਾਨ ਸਮੂਨ ਦੱਸ ਕੇ ਰਹਿਣ ਸਹਿਣ ਦਾ, ਮੈਨੂੰ ਕਹਿੰਦਾ ਜੇ ਹੋਰ ਕੋਈ ਚੀਜ਼ ਦੀ ਲੋੜ ਹੋਵੇ ਆਹ ਮੇਰੀ ਕੋਠੀ ਆ, ਤੂੰ ਉੱਥੇ ਆ ਜੀ। ਅੱਛਾ ਜੀ। 2-3 ਦਿਨ ਲੈਕਚਰ ਦਿੰਦਾ ਰਿਹਾ ਸਾਨੂੰ ਉਹ, ਲੈਕਚਰ ਦੇ ਕੇ ਇੱਕ ਦਿਨ ਮੈਨੂੰ ਕਹਿੰਦਾ ਸਰਦਾਰ ਜੀ ਉੱਠਿਓ। ਮੈਂ ਉੱਠ ਖੜਿਆ। ਮੈਨੂੰ ਕਹਿੰਦਾ ਆਪਾਂ ਅੱਗੇ ਵੀ ਕਦੇ ਮਿਲੇ ਹਾਂ? ਮੈਂ ਕਿਹਾ ਹਾਂ ਜੀ ਮਿਲਿਆ। ਕਹਿੰਦਾ ਕਿੱਥੇ? ਮੈਂ ਕਿਹਾ ਸੂਰਤਗੜ੍ਹ।
ਮੈਂ ਕਿਹਾ ਜੀ ਵੀ ਤੁਹਾਡੀ ਕਿਰਪਾ ਹੋ ਗਈ ਜਿਹੜਾ ਮੈਂ ਉੱਥੇ ਪੱਕਾ ਨਹੀਂ ਹੋਇਆ। ਅੱਛਾ ਅੱਛਾ ਅੱਛਾ। ਮੈਨੂੰ ਕਹਿੰਦਾ ਉਹ ਗੱਲਾਂ ਭੁਲਾ ਦੋ ਹੁਣ ਤੁਸੀਂ। ਅੱਛਾ ਇਹ ਸੀ ਜਿਹੜਾ ਸਿਫਾਰਸ਼ੀ ਬੰਦਾ ਲੈ ਆਇਆ ਸੀ ਨਾਲ ਆਪਦਾ? ਨਹੀਂ ਨਹੀਂ ਹਾਂਜੀ, ਇਹਦੀ ਹਰਚਾਰਨ ਸੀ, ਉਹਨਾਂ ਨਹੀਂ ਸੀ ਬਣਦੀ। ਜਿਹੜਾ ਬੰਦਾ ਤੁਹਾਨੂੰ ਲੈ ਗਿਆ ਸੀ ਉਹਦੇ ਨਾਲ ਉਹ ਤਾਂ ਰਾਜਸਥਾਨ ਕਨਾਲ 'ਚ ਸੰਬੰਧ ਨਹੀਂ ਸੀ ਠੀਕ। ਹਾਂ ਇਹ ਸੂਰਤਗੜ ਇਹਦੀ ਹਰਚਾਰਨ ਸੀ, ਉਹਨਾਂ ਬਣਦੀ ਨਹੀਂ ਸੀ। ਇਹ ਕਹਿੰਦਾ ਸੀ ਹਰਚਾਰਨ ਸੀ, ਮੈਨੂੰ ਕੋਠੀ ਆ ਕੇ ਕਹਿ ਦੇਵੇ ਵੀ ਮੇਰਾ ਬੰਦਾ ਪੱਕਾ ਕਰ ਦੇ, ਫਿਰ ਕਰੂੰ ਫਿਰ ਕਰੂੰ, ਨਹੀਂ ਉਹ ਨਹੀਂ ਮੈਂ ਕਰਦਾ। ਉਹਨੇ ਕਿਹਾ ਨਹੀਂ ਹਰਚਾਰਨ ਸਿੰਘ, ਕਹਿੰਦਾ ਮੈਂ ਗੋਪਤੇ ਨੂੰ ਨਹੀਂ ਕਹਿਣਾ, ਚਾਹੇ ਜੋ ਮਰਜ਼ੀ ਹੋ ਜੇ, ਬੇਰੀ ਨੂੰ ਕਹਿ ਦੂੰਗਾ, ਬੇਰੀ ਇਜ਼ਹਾਰ ਲੈ ਜੂ। ਚਲੋ ਹੋ ਗਏ। ਉਦੋਂ ਦਾ ਸਮਾਂ ਸੀ ਜਿਹੜਾ ਸੂਰਤਗੜ੍ਹ ਦਾ, ਹਾਂਜੀ, ਜਾਣੀ ਪਾਣੀ ਉੱਥੇ ਰੇਲ ਗੱਡੀ 'ਚ ਆਉਂਦਾ ਹੁੰਦਾ, ਰਾਸ਼ਨ ਕਾਰਡ 'ਤੇ ਇੱਕ ਘੜਾ 24 ਘੰਟੇ ਵਾਸਤੇ ਮਿਲਦਾ ਹੁੰਦਾ ਪਾਣੀ ਤਾਂ ਪੀਣ, ਪਾਣੀ ਦਾ ਪੀ ਲਓ, ਨਹਾ ਲਓ, ਆਟਾ ਗੁੰਨ ਲਓ, ਇੱਕੋ ਹੀ ਘੜਾ ਮਿਲਣਾ, ਇੱਕੋ ਹੀ ਘੜਾ ਮਿਲਦਾ। ਆਪਣੇ ਆਪ ਸਿਵਲ ਸਪਲਾਈ ਵਾਲੇ ਆ ਕੇ ਪੈ ਜਾਂਦੇ ਹੁੰਦੇ ਰੇਲ ਦੀ ਟੈਂਕੀ ਕੋਲੇ। ਅੱਛਾ ਜੀ। ਉਹਨਾਂ ਨੇ ਨੋਟ ਕਰਕੇ ਇੱਕ ਘੜਾ ਭਰਾ ਦੇਣਾ। ਫਿਰ ਇੱਕ ਘੜੇ ਨਾਲ ਹੁਣ ਫੈਮਿਲੀ ਕੀ ਕਰਦੀ ਸੀ? ਕੁਛ ਕਰਨ ਦਾ ਜਾਂ ਪਾਣੀ ਹੈ ਹੀ ਨਹੀਂ, ਦੂਰੋਂ ਗੱਡੀ 'ਚ ਜਾਣਾ ਪਾਣੀ, ਰੇਲ 'ਚ ਪਾਣੀ ਜਾਣਾ ਇੱਧਰੋਂ ਬਠਿੰਡਿਓ। ਅੱਛਾ ਜੀ। ਇੱਕ ਵਾਰੀ ਅਸੀਂ ਰਾਤ ਦੀ ਸ਼ਿਫਟ ਬਲਡੋਜ਼ਰਾਂ 'ਤੇ ਚਲਾ ਕੇ ਆਏ, ਸਵੇਰੇ ਨਹਾਉਣ ਲੱਗ ਗਏ। ਦੋ ਜਾਣੇ ਹੁੰਦੇ, ਇੱਕ ਦੀਪ ਚੰਦ ਹੁੰਦਾ ਸੀਗਾ ਹਰਿਆਣੇ ਦਾ, ਅਤੇ ਉਹ ਮੈਨੂੰ ਕਹਿੰਦਾ, ਕਹਿੰਦਾ ਸਰਦਾਰ ਜੀ ਉਹ ਟੋਭੇ 'ਚ ਜਿੱਥੋਂ ਜੀ ਪਾਣੀ ਭਰਦੇ ਹੁੰਦੇ, ਕਹਿੰਦਾ ਉਹ ਕੀ ਆ ਕਾਲਾ ਕਾਲਾ? ਮੈਂ ਕਿਹਾ ਦਾਦਾ ਉਹੀ ਕੁੱਤਾ ਜਿਹੜਾ ਆਪਾਂ ਪਰਸੋਂ ਮਾਰਿਆ ਸੀ। ਅੱਛਾ। ਹਲਕਿਆ ਹੋਇਆ ਕੁੱਤਾ ਆ ਗਿਆ ਕੈਂਪ 'ਚ। ਅੱਛਾ, ਉਹ ਕੁੱਟ ਲਿਆ? ਅਤੇ ਉਹ ਕਹਿੰਦਾ ਮਾਰੋ ਮਾਰੋ ਵੀ ਕਿਸੇ ਨੂੰ ਵੱਢੂਗਾ, ਉਹ ਆਪਦੇ ਜਣ ਤਾਂ ਮਾਰਦਾ ਮਰਿਆ ਹੋਇਆ ਨਾ, ਹਲਕਿਆ ਕੁੱਤਾ ਕਹਿੰਦੇ ਜਾਂਦਾ ਪਾਣੀ ਕੰਨੀ ਨੂੰ, ਉਹਦਾ ਵਿੱਚ ਪਾਣੀ ਪੀਂਦਾ ਡਿੱਗ ਕੇ ਮਰ ਗਿਆ। ਚਲੋ ਦੋ ਤਿੰਨ ਦਿਨ ਤਾਂ ਫੁੱਲਿਆ ਨਾ ਥੱਲੇ ਰਿਹਾ, ਜਿੱਦਣ ਫੁੱਲ ਕੇ ਉੱਤੇ ਆਇਆ, ਅਸੀਂ ਉੱਦਣ ਨਹਾਉਣ ਗਏ ਸਵੇਰੇ ਹੀ, ਮੈਂ ਕਿਹਾ ਦਾਦਾ ਇਹ ਤਾਂ ਉਹੀ ਕੁੱਤਾ। ਮੈਨੂੰ ਕਹਿੰਦਾ, ਕਹਿੰਦਾ ਦੱਸੀ ਨਾ ਕਿਸੇ ਨੂੰ। ਅੱਛਾ। ਆਈ ਪਾਣੀ ਪੀਣ, 20-20 ਮੀਲ 'ਤੇ ਪਾਣੀ ਨਹੀਂ ਕਿਤੇ। ਓਹੋ, ਪੀਣਾ ਵੀ ਉਹੀ ਆ? ਪੀਣਾ ਵੀ ਉਹੀ ਆ। ਕਹਿੰਦਾ ਪਰਨਾ ਬੰਨ ਕੇ ਨਾ ਲੱਤ ਨੂੰ ਉਹਦੀ ਨੂੰ, ਕਹਿੰਦਾ ਮੈਂ ਖਿੱਚ ਕੇ ਸਾਡੇ ਨੂੰ ਬਾਹਰ ਸਿੱਟ ਕੇ ਆਉਣਾ। ਅੱਛਾ। ਬਾਹਰ ਸਿੱਟਿਆ ਆ। ਮੈਨੂੰ ਕਹਿੰਦਾ ਕਿਸੇ ਨੂੰ ਨਾ ਦੱਸੀ, ਐਂ ਕਹਿਤੀ ਬਈ ਵਾਟਰ ਸਪਲਾਈ ਵਾਲੇ ਆਏ ਸੀ, ਉਹ ਕਹਿੰਦੇ ਤੇ ਵੀ ਤੁਹਾਡਾ ਪਾਣੀ ਠੀਕ ਨਹੀਂ ਹੈਗਾ, ਇਹਨੂੰ ਉਬਾਲ ਕੇ ਪੀਆ ਕਰੋ। ਅੱਛਾ। ਅਤੇ ਅਸੀਂ ਦਿਲਾ ਦੇਖਿਆ ਹੋਇਆ ਆਪਦੀ ਅੱਖੀ, ਉਹ ਪੀਂਦੇ ਰਹੇ ਪਾਣੀ, ਉਹ ਵੀ ਪੀਂਦੇ ਰਹੇ ਪਾਣੀ, ਹੈ ਹੀ ਨਹੀਂ ਸੀ ਕਿਤੇ। ਓਏ ਹੋਏ, ਦੇਖੋ ਜੀ ਰਾਜਸਥਾਨ ਦੀ ਉਹਨਾਂ ਸਮਿਆਂ 'ਚ ਗੱਲਾਂ, ਵੀ ਜਿਵੇਂ ਆਪਾਂ ਕਹਿੰਦੇ ਵੀ ਅੱਖੀਂ ਦੇਖ ਕੇ ਮੱਖੀ ਨਹੀਂ ਨਿਕਲ ਹੁੰਦੀ, ਪਰ ਉੱਥੇ ਨਿਕਲ ਹੁੰਦੀ ਆ। ਅੱਖੀਂ ਦੇਖਿਆ ਵੀ ਹਲਕਿਆ ਕੁੱਤਾ ਇਸ ਪਾਣੀ ਡਿੱਗ ਕੇ ਮਰਿਆ, ਪਰ ਉਹੀ ਪਾਣੀ ਫਿਰ ਵੀ ਵਰਤਦੇ ਰਹੇ। ਸੋ ਪਾਣੀ ਦੀ ਇੰਨੀ ਕਿੱਲਤ ਦੇਖੀ ਹੈ ਜੀ ਤੁਸੀਂ? ਧਰਤੀ ਦੇ ਥੱਲੇ ਦਾ ਪਾਣੀ 270 ਫੁੱਟ 'ਤੇ ਸੀ ਉਦੋਂ, ਖੰਮ ਊਂਠ ਨਾਲ ਬੋਕਾ ਖਿੱਚਦੇ ਹੁੰਦੇ, ਐਂ ਆਦਮੀ ਜਿੱਡਾ ਲਾਸ ਦਾ ਢੇਰ ਲੱਗ ਜਾਂਦਾ ਉਦੋਂ, ਤਾਂ ਕਿਤੇ ਬੋਕਾ ਬਚਾਉਣ ਨਾਲ 20-30 ਪਿੰਡਾਂ 'ਚ ਇੱਕ ਤਾਂ ਖੂਹ ਹੁੰਦਾ ਕਿਤੇ। ਜੇ ਪਿੰਡਾਂ 'ਚ ਜਾਣਾ ਕਹਿਣਾ ਵੀ ਪਾਣੀ ਪਿਲਾ ਦਿਉ, ਚੌਧਰੀ ਅੰਡ ਕਹਿਣਾ ਸਰਦਾਰ ਜੀ ਦੂਧ ਤੋਂ ਮਿਲ ਜਾਏਗਾ ਪਾਣੀ ਨਹੀਂ। ਓਏ ਹੋਏ, ਇੰਨੀ ਤੰਗੀ ਸੀ? ਇੰਨੀ ਤੰਗੀ ਸੀ। ਪਰ ਹੁਣ ਤੁਸੀਂ ਖੇਤ 'ਚ ਕੰਮ ਕਰਦੇ ਹੋ, ਟਰੈਕਟਰ ਚਲਾਉਂਦੇ ਹੋ, ਗਰਮੀ ਆ ਉੱਥੇ, ਅਤੇ ਪਾਣੀ ਦਾ ਤਾਂ ਬਹੁਤ ਔਖਾ। ਬਟ ਜੇ ਟਰੈਕਟਰ 'ਚ ਪਾਣੀ ਘੱਟ ਜਾਣਾ ਤਾਂ ਟੈਂਕ ਭੇਜ ਦੇਣਾ ਵਰਕਸ਼ਾਪ ਵਾਲਿਆਂ ਨੇ। ਅੱਛਾ। ਬੰਦਿਆਂ ਵਾਸਤੇ ਨਹੀਂ। ਜਦੋਂ ਲੋ ਚੱਲਦੀ ਸੀ ਨਾ,
ਖੱਦਰ ਦਾ ਰਵੱਟਾ ਸੀ, ਜੇ ਕਿਤੇ ਪਾਣੀ ਨੇੜੇ ਤੇੜੇ ਮਾੜਾ ਜਿਹਾ ਮਿਲ ਜਾਣਾ ਉਹਦੇ 'ਚ ਗਿੱਲਾ ਕਰ ਲੈਣਾ, ਇੱਕ ਗੇੜਾ ਲਾਉਂਦਿਆਂ ਲਾਉਂਦਿਆਂ ਸੁੱਕ ਜਾਂਦਾ ਉਹਨੂੰ, ਇੰਨੀ ਗਰਮੀ ਸੀ, ਇੰਨੀ ਗਰਮੀ ਸੀ। ਆ ਰਾਤ ਨੂੰ ਖੇਸ ਬਿਨਾਂ ਤੁਸੀਂ ਪੈ ਨਹੀਂ ਸਕਦੇ, ਰਾਤ ਨੂੰ ਠੰਡ ਹੋ ਜਾਂਦੀ, ਰੇਤ ਤੱਕ ਠੰਡ ਹੋ ਜਾਂਦਾ। ਹਾਂਜੀ ਹਾਂ। ਸੋ ਬੁੰਨੀ ਫਿਰ ਕਾਹਦੀ ਟ੍ਰੇਨਿੰਗ ਲਈ ਜੀ? ਜੀਟਰ ਟਰੈਕਟਰ। ਜੀਟਰ ਦੇ ਇਹ ਵੀ ਚਲੋ ਹੁਣ ਇੰਟਰਸਟਿੰਗ ਗੱਲ ਆ ਗਈ ਜੀ, ਜੀਟਰ ਦੇ ਐਕਸਪਰਟ ਨੇ, ਸਪੈਸ਼ਲਿਸਟ ਨੇ ਬਾਪੂ ਜੀ ਜੀਟਰ ਦੇ। ਤਾਂ ਹੁਣ ਵੀ ਮੈਨੂੰ ਕਹਿੰਦੇ ਹੁੰਦੇ ਆ ਵੀ 6-11 ਇੰਡੀਆ ਤੋਂ ਲਿਆਈਏ ਆਪਾਂ, ਕਿਉਂਕਿ ਜੀਟਰ ਸਾਰੀ ਉਮਰ ਇਹਨਾਂ ਨੇ ਜਿਹੜਾ ਬਹੁਤਾ ਕੰਮ ਆ ਉਹ ਜੀਟਰ ਦੇ ਕੀਤਾ। ਜਦੋਂ ਆਪਦੀ ਵਰਕਸ਼ਾਪ ਵੀ ਕਰ ਲਈ ਫਿਰ ਵੀ ਜੀਟਰ ਦੇ ਇਕੱਲਾ ਕੰਮ ਕਰਦੇ ਹੁੰਦੇ ਸੀ। ਜੀਟਰ ਦੇ ਮਤਲਬ ਕਹਿੰਦੇ ਆ ਜਿਵੇਂ ਵੀ ਹੱਡ ਹੱਡ ਦੇ ਵਾਕਫ ਨੇ ਵੀ ਕਿੱਥੋਂ ਕੀ ਹੋ ਸਕਦਾ, ਆਵਾਜ਼ ਸੁਣ ਕੇ ਦੱਸ ਦਿੰਦੇ ਇਹਨੂੰ ਕੀ ਸਮੱਸਿਆ। ਸੋ ਫਿਰ ਜੀਟਰ ਦੀ ਟ੍ਰੇਨਿੰਗ ਬੁਦਰੀ ਟ੍ਰੇਨਿੰਗ ਸੈਂਟਰ ਤੋਂ ਤੁਸੀਂ ਕਰੀ? ਬੁਦਰੀ ਟ੍ਰੇਨਿੰਗ ਸੈਂਟਰ ਚੈਕੋਸਲਵਾਕੀਆ ਦੇ ਇੰਜੀਨੀਅਰ ਆਏ ਹੋਏ ਸੀ। ਚੈਕੋਸਲਵਾਕੀਆ ਦਾ ਹੀ ਜੀਟਰ ਹੁੰਦਾ? ਹਾਂ, ਚੈਕੋਸਲਵਾਕੀਆ ਦਾ ਇਹ ਸੀ। ਉਹਨਾਂ ਨੇ ਜਾਣੀ ਇਕੱਲਾ ਇਕੱਲਾ ਨਾਟ ਸਾਡੇ ਸਾਹਮਣੇ ਖੋਲ੍ਹ ਕੇ ਸਾਰਾ ਮੈਂ ਥਿਓਰੀ ਦੱਸ ਕੇ ਦੁਬਾਰੇ ਫਿਟਿੰਗ ਕੀਤੀ। ਅੱਛਾ, ਪੂਰਾ ਟਰੈਕਟਰ। ਹਾਂ, ਉਹਨਾਂ ਨੇ ਫਿਰ ਮੈਨੂੰ ਆਪਦੇ ਵੱਲੋਂ ਸਰਟੀਫਿਕੇਟ ਦਿੱਤਾ ਸੀ। ਠੀਕ ਹੈ, ਵੀ ਚੈਕੋਸਲਵਾਕੀਆ ਵਾਲਿਆਂ ਨੂੰ ਦਿਖਾਉਣ ਦੀ ਲੋੜ ਨਹੀਂ, ਜੇ ਲੋੜ ਆ ਤੁਸੀਂ ਬਈ ਇਹ ਜੇ ਲਿਖ ਕੇ ਦੇ ਦੇਵੇ ਅਸੀਂ ਟਰੈਕਟਰ ਵੀ ਚੇਂਜ ਕਰ ਦਾਂਗੇ। ਅੱਛਾ, ਵੀ ਇਹ ਲਿਖ ਦੇਵੇ ਵੀ ਨਹੀਂ ਤਾਂ ਬਈ ਡਿਫੈਕਟਿਵ ਮੈਨੂਫੈਕਚਰ ਟਰੈਕਟਰ ਟਰੈਕਟਰ ਚੇਂਜ ਕਰ ਦਾਂਗੇ। ਅੱਛਾ ਅੱਛਾ। ਉਸ ਤੋਂ ਬਾਅਦ ਜਦੋਂ ਐਗਰੋ ਦਾ ਮਹੂਰਤ ਹੋਣ ਲੱਗਿਆ, ਮੈਂ ਹਾਸੇ ਵਾਲੀ ਗੱਲ ਵੀ ਦੱਸ ਦਿੰਦਾ। ਜਗਜੀਵਨ ਰਾਮ ਸੀ ਐਗਰੀਕਲਚਰ ਮਿਨਿਸਟਰ ਉਹਨਾਂ ਸਮੇਂ 'ਚ। ਹਾਂ। ਅੱਛਾ ਜੀ। ਸਾਡਾ ਡਾਇਰੈਕਟਰ ਸੀ ਰਾਠੀ, ਅਸੀਂ ਬਾਹਰ ਸੜਕ 'ਤੇ ਖੜ੍ਹੇ ਜਿੱਦਣ ਮਹੂਰਤ ਆਉਣਾ ਸੀ। ਮੈਨੂੰ ਰਾਠੀ ਕਹਿਣ ਲੱਗਿਆ, ਪਾਣੀਪਤ ਦੀ ਹੈ ਜੀ, ਪਾਣੀਪਤ, ਪਾਣੀਪਤ, ਠੀਕ ਹੈ। ਰਾਠੀ ਕਹਿਣ ਲੱਗਿਆ ਵੀ ਉਹ ਜਿਹੜੀ ਕਾਰ ਆਉਂਦੀ ਆ ਮੈਨੂੰ ਨੰਬਰ ਪਲੇਟ ਲਾਲ ਲੱਗਦੀ ਆ ਉਹਦੀ। ਅੱਛਾ ਜੀ। ਮੈਂ ਕਿਹਾ ਜੀ ਲਾਲ ਹੀ ਆ, ਪਟਿਆਲਾ ਨੰਬਰ 1 ਲਿਖਿਆ ਹੋਇਆ। ਕਹਿੰਦਾ ਸਰਦਾਰ ਆ ਫਿਰ ਤੂੰ। ਅੱਛਾ। ਯਾਦਵਿੰਦਰ ਆਉਂਦਾ ਸੀ। ਅੱਛਾ, ਮਹਾਰਾਜਾ, ਮਹਾਰਾਜਾ ਪਟਿਆਲਾ। ਉਹਦੇ ਨਾਲ ਉਹਦੀ ਜਾਣ ਪਛਾਣ ਸੀ, ਉਹਨੇ ਹੱਥ ਕਰਤਾ, ਯਾਦਵਿੰਦਰ ਨੇ ਗੱਡੀ ਰੋਕ ਲਈ। ਅੱਛਾ ਜੀ। ਰੋਕ ਕੇ ਮਿਲੇ ਗੇੜੇ, ਕਹਿੰਦਾ ਜੇ ਤੁਸੀਂ ਰਾਠੀ ਸਾਹਿਬ ਇੱਥੇ, ਕਹਿੰਦਾ ਅੱਜ ਮਹੂਰਤ ਹੈ ਗਰੋਹ ਦਾ। ਉਹ ਕਹਿੰਦਾ ਚਲੋ ਮੈਂ ਵੀ ਗੇੜਾ ਕੱਢਿਆ ਉਹਨਾਂ। ਅੱਛਾ। ਜਾਣੀ ਯਾਦਵਿੰਦਰ ਇੰਨਾ ਜਵਾਨ ਸੀ, ਕੱਦ ਤਾਂ ਮੇਰਾ ਵੀ 6'2" ਸੀ। ਹਾਂਜੀ। ਮੈਂ ਉਹਦੇ ਨਾਲ ਗੱਲਾਂ ਤਾਹਾਂ ਨੂੰ ਮੂੰਹ ਚੱਕ ਕੇ ਕਰਦਾ ਸੀ, ਵੱਡਾ ਜਵਾਨ ਸੀ। ਹਾਂ। ਇੱਕ ਬਾਂਹ ਉਹਦੀ ਗੋਡੇ ਨਾਲੋਂ ਥੱਲੇ ਆਉਂਦੀ ਸੀ ਲੰਬੀ। ਅੱਛਾ ਜੀ। ਚਲੋ ਸਾਰੇ ਦੇਖ ਦੂਖ ਕੇ ਹੱਸਦਾ ਰਿਹਾ, ਚਲਿਆ ਗਿਆ। ਇਕੱਠ ਬਹੁਤ ਕੀਤਾ ਇਹਨਾਂ ਨੇ ਵੀ ਐਗਰੋ ਦਾ ਮਹਿਕਮਾ ਖੁੱਲ੍ਹਦਾ। ਜਗਜੀਵਨ ਰਾਮ ਲੱਗ ਗਿਆ ਸਪੀਚ ਕਰਨ। ਪਹਿਲੀ ਗੱਲ ਤਾਂ ਜਗਜੀਵਨ ਰਾਮ ਦੀ ਸ਼ਕਲ ਇਹੀ ਸੀ ਵੀ ਉਹਨੂੰ ਦੇਖ ਕੇ ਬੰਦੇ ਦਾ ਊਈ ਹਾਸਾ ਨਿਕਲੀ ਜਾਂਦਾ ਸੀ। ਰੰਗ ਇੰਨਾ ਕਾਲਾ ਉਹਦਾ, ਜਿੱਦਾਂ ਕਹਿ ਲਈਏ, ਕੱਪੜੇ ਸਾਰੇ ਚਿੱਟੇ ਪਾਉਂਦਾ ਸੀ। ਹਾਂ, ਲੀਡਰ ਸੀ ਨਾ ਫਿਰ। ਹਾਂ, ਧੋਤੀ ਉਹ ਲਾਂਗੜ ਵਾਲੀ, ਸਿਰ 'ਤੇ ਚਿੱਟੀ ਟੋਪੀ। ਸਪੀਚ ਕਰਦਾ, ਦੋ ਕੁ ਲਾਈਨਾਂ ਉਹ ਪੰਜਾਬੀ ਦੀਆਂ ਬੋਲਦਾ ਕਰੇ, ਦੋ ਕੁ ਹਿੰਦੀ ਦੀਆਂ, ਦੋ ਕੁ ਉਰਦੂ ਦੀਆਂ, ਜਿਹੜੀ ਕੋਈ ਉਹਦੀ ਭਾਸ਼ਾ ਨਾਲ ਰਲ ਕੱਢੀ ਸਮਝ ਨਹੀਂ ਸੀ ਵੀ ਕੀ ਕਹਿੰਦਾ ਇਹ। ਹਾਂ, ਅਤੇ ਅਕਲ ਉਹਦੀ ਇੰਨੀ ਕੁ, ਮੈਂ ਜਿਵੇਂ ਦੇਖ ਕੇ ਆਇਆ ਵੀ ਪੋਸਟਾਂ 'ਤੇ ਤਾਂ ਨਾਂ ਹੀ ਹੁੰਦੇ ਨੇ, ਅਕਲ ਉਕਲ ਤੜਨ ਹੁੰਦੀ ਸੀ। ਠੀਕ ਹੈ, ਤੁੱਕੇ ਨੇ। ਇੰਡੀਆ ਦਾ ਐਗਰੀਕਲਚਰ ਮਿਨਿਸਟਰ ਸਪੀਚ ਕਰਨ ਆਇਆ, ਐਗਰੀਕਲਚਰ ਦਾ ਮਹਿਕਮਾ ਖੋਲ੍ਹਣ ਲੱਗਦਾ ਹੀ, ਕਹਿੰਦਾ ਭਾਈਓ ਅਗਰ ਮੇਰਾ ਬੱਸ ਚੱਲੇ ਤਾਂ ਜਿਤਨੇ ਐਗਰੀਕਲਚਰ ਡਿਪਾਰਟਮੈਂਟ ਆ ਮੈਂ ਸਾਰੇ ਬੰਦ ਕਰ ਦੂੰ।
ਪਹਿਲੇ ਹੀ ਲਫ਼ ਹੋ ਜਾਂਦੇ ਖੋਲਣਾ ਕਿ ਫਿਲਮ ਬੰਦ ਹੀ ਹੁਣ ਤਾਂ ਹਾਂ ਅਜੇ ਫਿਲਮ ਬੰਦ ਹੀ ਕਰ ਲਾ ਤੂੰ ਫਿਰ ਕਹਿੰਦਾ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਕਹਿੰਦਾ ਮੇਰੀ ਮਾਂ ਜੀਵਤ ਸੀ ਉਦੋਂ ਕਹਿੰਦਾ ਉਹ ਮੈਨੂੰ ਕਹਿੰਦੀ ਵੀ ਬਗੀਚੀ ਦੇ ਵਿੱਚ ਨਾ ਆਲੂ ਬੀਜ ਲਾ ਅਤੇ ਉਹ ਜਾਟ ਬੈਠੇ ਤਾੜੀਆਂ ਮਾਰਨ ਲੱਗ ਗਏ ਕਹਿੰਦੇ ਢਿੱਡੋ ਤੁਹਾਡੇ ਮੁਰੱਬੇ ਗੱਲ ਸੀ ਲੋਕੀ ਵੀ ਉਦੋਂ ਖੁੱਲ ਰਹੇ ਸੀ ਨਾ ਕੋਈ ਜਾਤੀ ਸੂਚਕ ਦਾ ਵੀ ਕੋਈ ਮਸਲਾ ਨਾ ਨਾ ਅਤੇ ਕਹਿੰਦਾ ਆਲੂ ਬੀਜ ਲਏ ਆਲੂਆਂ ਨੂੰ ਕਹਿੰਦਾ ਬਿਮਾਰੀ ਪੈ ਗਈ ਅੱਛਾ ਕਹਿੰਦਾ ਮੈਂ ਗ੍ਰਾਮ ਸੇਵਕ ਸੱਦਿਆ ਉਹਨੇ ਕਹਿੰਦਾ ਦਵਾਈਆਂ ਲਿਖ ਕੇ ਦਿੱਤੀਆਂ ਦਵਾਈਆਂ ਕਹਿੰਦਾ ਇੰਨੀਆਂ ਦੇ ਤੀਆਂ ਵੀ ਜੇ ਵੱਧ ਤੋਂ ਵੱਧ ਆਲੂ ਨਿਕਲ ਤਾਂ ਵੀ ਦਵਾਈਆਂ ਦੇ ਮੁੱਲ 'ਤੇ ਨਹੀਂ ਆਉਣੇ ਉਹ ਅੱਛਾ ਕਹਿੰਦਾ ਮੇਰੀ ਮਾਂ ਕਹਿੰਦੀ ਆ ਜੀਵਨ ਤੂੰ ਐਂ ਕਰ ਬਈ ਨਾ ਮੇਰੀ ਕਈ ਦਵਾਈ ਮੁਫ਼ਤ ਦੀ ਆ ਤੂੰ ਉਹ ਛਿੜਕੇ ਦਿੱਤੇ ਕਹਿੰਦਾ ਮੈਂ ਕੀ ਕਹਿੰਦੀ ਹਾਰੇ ਦੀ ਸੁਆਹ ਕੱਢ ਕੇ ਤੇਲੇ ਤੇਲੇ ਦੇ ਉੱਤੇ ਛਿੱਟਾਂ ਦੇ ਦਿਆ ਕਰ ਆਲੂਆਂ ਦੇ ਕਹਿੰਦਾ ਮੈਂ ਪੰਜ ਚਾਰ ਦਿਨ ਕਰਦਾ ਰਿਹਾ ਕਹਿੰਦਾ ਜੀ ਉਹ ਬਿਮਾਰੀ ਹਟ ਗਈ ਉੱਥੇ ਕਹਿੰਦਾ ਬੇਅੰਤ ਬਤਾਉਣ ਲੱਗੇ ਅੱਛਾ ਬੀਜੇ ਆਲੂ ਸੀ ਬੀਜੇ ਆਲੂ ਲੱਗੇ ਬਤਾਊ ਐਗਰੀਕਲਚਰ ਮਨਿਸਟਰ ਸੈਂਟਰ ਦਾ ਇਹੋ ਜਿਹੇ ਹਾਲ ਸੀ ਜੇ ਪਹਿਲਾਂ ਤੁਸੀਂ ਇਹ ਹਾਲ ਆ ਮਤਲਬ ਹੁਣ ਦੀਆਂ ਗੱਲਾਂ ਨਹੀਂ ਉਹਨੂੰ ਮਿਨਿਸਟਰ ਰੱਖਿਆ ਹੋਇਆ ਸੀ ਵੀ ਸ਼ਡਿਊਲ ਕਾਸਟ ਵੋਟਾਂ ਨੇ ਹਾਂ ਵੀ ਐਸ ਸੀ ਬੀ ਸੀ ਵੋਟਾਂ ਜਿਹੜੀਆਂ ਕੈਸ਼ ਕਰਨ ਲਈ ਗਿਆਨ ਇਹਨੂੰ ਭੋਰਾ ਹੋਵੇ ਨਾ ਘਰ ਕੋਈ ਮਿਨਿਸਟਰੀ ਦਾ ਕੰਮ ਸਕੇ ਨਾ ਇਹ ਵੀ ਨਹੀਂ ਵੀ ਮਰਜ਼ੀ ਬਿਨਾਂ ਕਰ ਸਕੇ ਨਾ ਪੰਡਿਤ ਨਹਿਰੂ ਦੀ ਹਮੇਸ਼ਾ ਇਹ ਪਾਲਿਸੀ ਸੀ ਜਿਹੜੀ ਜਾਤ ਦਾ ਬੰਦਾ ਸੀ ਉਹਨੂੰ ਉਹ ਮਹਿਕਮਾ ਕਦੇ ਨਹੀਂ ਸੀ ਦਿੰਦਾ ਉਹ ਜੱਟ ਜ਼ਿਮੀਂਦਾਰ ਆ ਉਹਨੂੰ ਐਗਰੀਕਲਚਰ ਨਹੀਂ ਜੱਟ ਨੂੰ ਐਗਰੀਕਲਚਰ ਮਿਨਿਸਟਰ ਪੰਡਿਤ ਨਹਿਰੂ ਨੇ ਕਦੇ ਬਣਾਇਆ ਹੀ ਨਹੀਂ ਅੱਛਾ ਫੌਜੀ ਨੂੰ ਕਦੇ ਡਿਫੈਂਸ ਮਿਨਿਸਟਰ ਨਹੀਂ ਬਣਾਇਆ ਬਈ ਇਹਨੂੰ ਤਾਂ ਪਤਾ ਸਾਰਾ ਕੁਛ ਉਹ ਤਾਂ ਸਾਰਾ ਕੁਛ ਪਤਾ ਜਦ ਉਹਨੇ ਦੇਖਣਾ ਐਗਰੀਕਲਚਰ ਮਿਨਿਸਟਰ ਬਣਾਉਣਾ ਜਗਜੀਵਨ ਰਾਮ ਨੂੰ ਬਣਾ ਦਿਓ ਜੇ ਮਿਨਿਸਟਰ ਦੀ ਅਦਲਾ ਬਦਲੀ ਕਰ ਰਿਹਾ ਇਹਨੂੰ ਡਿਫੈਂਸ ਮਿਨਿਸਟਰ ਬਣਾ ਦਿਓ ਦੱਸੋ ਬੇਚਾਰੇ ਚਮਾਰ ਨੂੰ ਡਿਫੈਂਸ ਦਾ ਕੀ ਪਤਾ ਡਿਫੈਂਸ ਮਿਨਿਸਟਰ ਵੀ ਰਿਹਾ ਜਗਜੀਵਨ ਰਾਮ ਹਾਂ ਮਗਰੋਂ ਆ ਕੇ ਇੱਕ ਵਾਰੀ ਹਾਂ ਮੇਰੇ ਖਿਆਲ ਜਦੋਂ ਪਾਕਿਸਤਾਨ ਨਾਲ ਲੜਾਈ ਲੱਗੀ ਉਦੋਂ ਇਹ ਉਦੋਂ ਹੀ ਉਹ ਕਹਿੰਦੇ ਹੁੰਦੇ ਨਾ ਪਾਕਿਸਤਾਨ ਵਾਲੇ ਕਹਿੰਦੇ ਇੰਡੀਆ ਦਾ ਡਿਫੈਂਸ ਮਿਨਿਸਟਰ ਹੁਣ ਕਿੱਥੇ ਹੋਊਗਾ ਉਹ ਸਾਡੇ ਮਾਹੌਲ ਕਰਿਆ ਕਰ ਰੇਡੀਓ ਤੇ ਹਾਂ ਉਹ ਕਹਿੰਦੇ ਦੇਖੋ ਜੀ ਉਹਦੇ ਵਾਸਤੇ ਦੋ ਜਗ੍ਹਾ ਨੇ ਹੁਣ ਹੁਣ ਕਹਿੰਦੇ ਕੋਠੀਆਂ ਤਾਂ ਹੈ ਨਹੀਂ ਹੁਣ ਜਾ ਕੇ ਤੇ ਉਹ ਲੈਟਰੀਨ 'ਚ ਜਾਂ ਮੀਟਿੰਗ 'ਚ ਸੋ ਉਸ ਸਮੇਂ ਤੇ ਦੇਖੋ ਜੀ ਚੁਟਕਲੇ ਵੀ ਇੱਦਾਂ ਦੇ ਸੀਗੇ ਅੱਛਾ ਰੇਡੀਓ ਪਹਿਲੀ ਵਾਰੀ ਕਦੋਂ ਸੁਣਿਆ ਤੁਸੀਂ ਰੇਡੀਓ ਮੇਰਾ ਖਿਆਲ ਹੈ ਵੀ 47-48 ਦੇ ਵਿੱਚ ਸੁਣਿਆ ਹੋਣਾ ਆ ਗਿਆ ਸੀਗਾ ਉਦੋਂ ਆਪਣੇ ਪਿੰਡ ਪਹਿਲਾਂ ਰੇਡੀਓ ਸਟੇਜ ਰੇਡੀਓ ਆਇਆ ਲਿੱਦੜਾਂ ਦੇ ਅੱਛਾ ਜੀ ਇਹਨਾਂ ਦੇ ਬੰਦੇ ਬਾਹਰ ਬੂਹਰ ਸੀਗੇ ਕਹਿੰਦੇ ਜੀ ਰੇਡੀਓ ਆਇਆ ਉਹ ਜਲੰਧਰ ਤੋਂ ਖਬਰਾਂ ਸੁਣਾਇਆ ਕਰੂ ਅੱਛਾ ਜੀ ਮਤਲਬ ਚੰਬੇ ਵਾਲੀ ਜੀ ਹਾਂ ਉਹਨਾਂ ਦੇ ਘਰ ਜੀ ਉਹਨਾਂ ਨੇ ਪ੍ਰੋਗਰਾਮ ਬਣਾ ਲਿਆ ਆਏ ਖੇਸ ਖੂਸ ਥੱਲੇ ਪਛਾ ਤੇ ਜਿਵੇਂ ਕੋਈ ਵਧੀਆ ਫੰਕਸ਼ਨ ਭੋਗ ਭੋਗ ਕੋਈ ਦਵਾਨ ਲੱਗਣਾ ਕੋਈ ਠੰਡ ਪੜਦਾ ਭੋਗ ਆ ਰੇਡੀਓ ਹੁੰਦੇ ਉਦੋਂ ਉਹ ਤੇ ਜਿਹਦੇ ਕੋਠੇ ਤੇ ਦੋ ਸੁੱਟੀਆਂ ਲਾ ਕੇ ਏਰੀਅਰ ਬੰਨ ਕੇ ਬੈਟਰੀ ਹੁੰਦੀ ਇੱਕ ਬਿੱਲੀਆਂ ਜਿਹੀਆਂ ਵਾਲੀ ਹਾਂਜੀ ਹਾਂਜੀ ਉਹ ਲਿਆ ਕੇ ਰੱਖਤਾ ਜਿਹੜਾ ਬੰਦਾ ਫਿਟਿੰਗ ਕਰਦਾ ਫਿਰ ਲਾਉਣਾ ਸੀ ਉਹ ਤਾਂ ਐਂ ਫਿਰੇ ਜਿਵੇਂ ਕੋਈ ਬਹੁਤ ਵੱਡਾ ਪਾਇਲਟ ਹੁੰਦਾ ਬਈ ਇੰਜੀਨੀਅਰ ਆ ਹਾਂ ਇਹ ਇੰਜੀਨੀਅਰ ਆ ਰੇਡੀਓ ਚਲਾਊਗਾ ਬਈ ਸੈੱਟ ਕਰੂਗਾ ਸਾਰਾ ਕੁਛ ਚਲੋ ਲੋਕ ਬੈਠ ਗਏ ਰੇਡੀਓ ਲਾਇਆ ਉਹਨੇ ਅਤੇ ਲਾ ਕੇ ਉਹਦੇ ਵਿੱਚ ਕੁਦਰਤੀ ਖਬਰਾਂ ਦਾ ਟਾਈਮ ਆਇਆ ਸੀ ਉਹ ਕਹਿੰਦਾ ਜੇ ਆਕਾਸ਼ਵਾਣੀ ਕਾ ਜਲੰਧਰ ਕੇਂਦਰ ਹੈ ਆਪਣੇ ਪਿੰਡ ਵਾਲਾ ਸੌਂ ਵੀ ਉੱਠ ਕੇ ਕਹਿੰਦਾ
ਕਹਿੰਦਾ ਝੂਠੇ ਤੁਸੀਂ ਆਦੇ ਤਾਂ ਮੈਨੂੰ ਮੰਡੀ ਉਹ ਹਾਕ ਮਾਰ ਕੇ ਸੁਣਾ ਕੇ ਦਿਖਾਓ ਕੋਈ। ਅੱਛਾ ਜਲੰਧਰ ਤੋਂ ਖਬਰ ਬੋਲ ਰੁਣਕੂ ਬੰਦੇ ਦਾ, ਇਹ ਸਾਰਾ ਇਹਨਾਂ ਵਿੱਚ ਕੋਈ ਬਾੜਿਆ ਹੋਇਆ ਵਿੱਚ ਹੀ ਆ ਕੁਛ। ਦੇਖੋ ਜੀ ਇਹ ਇਹ ਹਾਲਾਤ ਸੀਗੇ। ਉਹ ਕਹਿੰਦੇ ਆ ਬਈ ਜੇ ਅਹਿਮਦਗੜ੍ਹ ਸਾਤੋਂ 1 ਕਿਲੋਮੀਟਰ ਆ, ਬਈ ਜੇ ਉੱਥੋਂ ਮੈਨੂੰ ਦੱਸੋ ਵੀ ਉੱਥੇ ਕੀ ਗੱਲਾਂ ਹੁੰਦੀਆਂ ਨੇ, ਜਲੰਧਰ ਤੋਂ ਕਿਵੇਂ ਦੱਸ ਦੂ ਜੇ ਅਹਿਮਦਗੜ੍ਹ ਵਾਲੀ ਦੱਸ ਸਕਦਾ। ਸੋ ਲੋਕਾਂ ਦਾ ਟੈਕਨੋਲੋਜੀ ਦੇ ਵਿੱਚੋਂ ਇੰਨਾ ਕੁ ਤੰਗ ਹੱਥ ਸੀਗਾ, ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹਨਾਂ ਚੀਜ਼ਾਂ ਦਾ, ਅਤੇ ਜ਼ਮਾਨਾ ਵੀ ਬਹੁਤ ਕੂਲ ਸੀ। ਪਰ ਹੁਣ ਤੁਸੀਂ ਜ਼ਿੰਦਗੀ ਨੂੰ ਅੱਜ ਦੀ ਭੱਜ ਨੱਠ ਵਾਲੀ ਜ਼ਿੰਦਗੀ ਆ, ਉਦੋਂ ਦੀ ਇੱਕ ਜ਼ਿੰਦਗੀ ਸੀ ਬਜ਼ੁਰਗਾਂ ਵਾਲੇ, ਉਦੋਂ ਤਾਂ ਬੇਫਿਕਰੀ ਦੀ ਜ਼ਿੰਦਗੀ ਸੀ, ਟੈਨਸ਼ਨ ਦਾ ਤਾਂ ਪਤਾ ਹੀ ਨਹੀਂ ਸੀ ਵੀ ਕੀ ਹੁੰਦੀ ਆ, ਟੈਨਸ਼ਨ ਦਾ ਨੋ ਹੀ ਨਹੀਂ ਸੀ। ਅੱਛਾ ਕੈਂਸਰ, ਟੀ ਵੀ, ਜਿਹੜੀਆਂ ਵੱਡੀਆਂ ਬਿਮਾਰੀਆਂ ਨੇ, ਕਹਿੰਦੇ ਹੁੰਦੇ ਤਾਂ ਅਮੀਰਾਂ ਦੀਆਂ ਬਿਮਾਰੀਆਂ ਨੇ, ਹੈ ਵੀ ਇੱਦਾਂ ਹੀ ਆ ਵੈਸੇ ਅਮੀਰਾਂ ਦੀਆਂ ਨੇ, ਇਹ ਗਰੀਬਾਂ ਨੂੰ ਨਹੀਂ ਕਹਿੰਦੇ ਹੁੰਦੇ ਆ। ਅੱਛਾ ਜੀ, ਟੈਸਟ ਕਰਾਉਣ ਦੀ ਕਹਿੰਦੇ ਕੀ ਲੋੜ, ਵੀ ਲੋੜ ਹੀ ਨਹੀਂ ਨਾ, ਟੈਸਟ ਤਾਂ ਮੇਰੇ ਖਿਆਲ ਹੁੰਦੇ ਵੀ ਨਹੀਂ ਹੋਣੇ ਉਦੋਂ। ਨਹੀਂ ਉਹ ਕਹਿੰਦੇ ਵੀ ਇਹ ਹੁੰਦੀ ਹੈ ਅਮੀਰ ਨੂੰ, ਗਰੀਬ ਨੂੰ ਹੁੰਦੀ ਨਹੀਂ, ਜਿਹਨੂੰ ਰੋਟੀ ਨਹੀਂ ਮਿਲਦੀ ਉਹਨੂੰ ਇਹ ਬਿਮਾਰੀ, ਕਹਿੰਦਾ ਕਿੱਥੋਂ ਹੋਜੂ। ਅੱਛਾ ਤੁਹਾਡਾ ਐਗਰੀਕਲਚਰ ਦਾ ਮਹਿਕਮਾ ਸੀ, ਹਾਂ ਉਦੋਂ ਕੁ ਫੂਡ ਸਮੱਸਿਆ ਵੀ ਸੀਗੀ ਹਿੰਦੁਸਤਾਨ 'ਚ, ਫੂਡ ਸਮੱਸਿਆ ਕਰਕੇ ਤਾਂ ਸੂਰਤਗੜ੍ਹ ਫਾਰਮ ਖੁੱਲ੍ਹਿਆ ਸੀ। ਅੱਛਾ ਠੀਕ ਹੈ, ਪੰਡਿਤ ਨਹਿਰੂ ਨੂੰ ਕਹਿਣ ਲੱਗਿਆ ਖਰੁਸ਼ਚੇਵ ਵੀ ਤੁਸੀਂ ਕਹਿੰਦੇ ਹੋ ਫੂਡ ਪ੍ਰੋਬਲਮ ਆ, ਇੰਨੀ ਤੁਹਾਡੇ ਕੋਲ ਜ਼ਮੀਨ ਹੈ ਤੁਸੀਂ ਫਾਰਮ ਖੋਲ੍ਹੋ। ਇਹ ਕਹਿੰਦੇ ਵੀ ਸਾਡੇ ਕੋਲ ਇੰਨੀ ਜੀ ਤਕਨੀਕ ਨਹੀਂ ਹੈ, ਉਹ ਕਹਿੰਦੇ ਵੀ ਅਸੀਂ ਤੁਹਾਨੂੰ ਫਰੀ ਗਿਫਟ ਦੇਵਾਂਗੇ ਸਾਰੀ, ਪੰਡਿਤ ਨਹਿਰੂ ਨੂੰ ਕਹਿੰਦੇ। ਰਸ਼ੀਆ ਦਾ ਰਾਸ਼ਟਰਪਤੀ ਸੀ ਖਰੁਸ਼ਚੇਵ, ਵੀ ਤੁਸੀਂ ਸਾਨੂੰ ਜਗ੍ਹਾ ਦਿਖਾਓ। ਉਹ ਇਹ ਕਹਿੰਦੇ ਵੀ ਰਾਜਸਥਾਨ ਸਾਡੇ ਕੋਲ ਸਾਰਾ ਖੜਕਿਓ ਹੀ ਪਿਆ। ਉਹ ਫਿਰ ਨਾਲ ਆ ਕੇ ਇੰਜੀਨੀਅਰ ਲਿਆਂਦੇ ਉਹਨੇ, ਉਹ ਦੇਖ ਕੇ ਕਹਿਣ ਲੱਗੇ ਵੀ ਆਹ ਜ਼ਮੀਨ 'ਚ ਤਾਂ ਤੁਸੀਂ ਜਿੰਨੀ ਮਰਜ਼ੀ ਫੂਡ ਪੈਦਾ ਕਰ ਲਓ। ਇਹ ਕਹਿੰਦੇ ਜੀ ਪਾਣੀ ਨਹੀਂ ਹੈ ਇੱਥੇ, ਕਹਿੰਦਾ ਪੰਜਾਬ ਵਿੱਚ ਤੁਸੀਂ ਕਹਿੰਦੇ ਹੋ ਵੀ ਹੜ੍ਹ ਆਉਂਦੇ ਨੇ, ਅੱਛਾ ਇੱਥੇ ਪਾਣੀ ਹੈ ਨਹੀਂ, ਵੀ ਉਹ ਪੰਜਾਬ ਵਾਲਾ ਪਾਣੀ ਇੱਥੇ ਲਿਆਓ। ਇਹ ਹੁਣ ਤੁਸੀਂ ਜਿਹੜੀ ਇਹ ਤਾਂ ਬਹੁਤ ਕਸੂਤੇ ਮੋੜ 'ਤੇ ਆ ਗਈ ਗੱਲ। ਹਾਂ ਹੁਣ ਜਿਹੜਾ ਪਾਣੀ ਅਸੀਂ ਰੌਲਾ ਪਾਉਂਦੇ ਵੀ ਸਾਡਾ ਪਾਣੀ ਰਾਜਸਥਾਨ ਲੈ ਗਿਆ, ਹਾਂ ਅਤੇ ਉਦੋਂ ਪੰਜਾਬ ਦੇ ਵਿੱਚ ਪਾਣੀ ਵਾਧੂ ਸੀ। ਉਹ ਵੀ ਮੈਂ ਤੁਹਾਨੂੰ ਦੱਸਦਾ, ਜਦੋਂ ਇਹ ਕਹਿੰਦਾ ਵੀ ਪਾਣੀ ਪੰਜਾਬ ਵਾਲਾ ਲਿਆਓ, ਇਹ ਕਹਿੰਦੇ ਸਾਧਨ ਨਹੀਂ, ਉਹ ਕਹਿੰਦਾ 50 ਸਾਲ ਵਾਸਤੇ ਸਾਨੂੰ 40,000 ਏਕੜ ਇੱਥੇ ਜ਼ਮੀਨ ਦੇ ਦਿਉ, ਅਸੀਂ ਰਸ਼ੀਆ ਤੋਂ ਹੀ ਪਾਣੀ ਲੈ ਆਵਾਂਗੇ ਪਾਈਪ ਲਾਈਨਾਂ 'ਚ। ਅੱਛਾ ਪੰਜਾਬ ਕਿੰਨੀ ਕੁ ਦੂਰ ਆ ਤੁਹਾਤੋਂ? ਇਹ ਕਹਿੰਦੇ ਜੀ ਵੀ ਇਹ ਸਾਡੇ ਕੋਲ ਕੋਈ ਸਾਧਨ ਨਹੀਂ, ਉਹ ਕਹਿੰਦਾ ਸਾਨੂੰ ਸਾਰਾ ਕੁਝ ਫਰੀ ਦੇਵਾਂਗੇ। ਉਹਨਾਂ ਨੇ ਜ਼ਮੀਨ ਦਾ ਸਰਵੇ ਕੀਤਾ, 10,000 ਏਕੜ ਜ਼ਮੀਨ ਇਹੀ ਜੀ ਸੀ ਜਿਹੜੀ ਨਹਿਰ ਦੇ ਲੈਵਲ ਨਾਲੋਂ 20 ਫੁੱਟ ਉੱਚੀ ਸੀ। ਅੱਛਾ ਇਹ ਕਹਿੰਦੇ ਵੀ ਇਹ ਕੱਢ ਲਓ ਪੰਡਿਤ ਨਹਿਰੂ ਨੂੰ ਕਹਿੰਦੇ ਵੀ ਇੱਥੇ ਤਾਂ ਪਾਣੀ ਚੜ੍ਹਨਾ ਨਹੀਂ, ਉਹ ਕਹਿੰਦੇ ਇੱਥੇ ਅਸੀਂ ਅੰਗੂਰ ਲਾਵਾਂਗੇ। ਅੱਛਾ ਇਹ ਅਸੀਂ ਜ਼ਰੂਰ ਰੱਖਣਾ ਵਿੱਚ। ਅੱਛਾ ਖਰੁਸ਼ਚੇਵ ਕਹਿੰਦਾ ਅੱਛਾ ਚਲੋ ਜੀ। ਇਹਨਾਂ ਨੇ ਨਹਿਰ ਦੇ ਵਿੱਚੋਂ ਸੂਆ ਲਿਆਂਦਾ, ਸੂਆ ਲਿਆ ਕੇ ਵੱਡਾ ਤਲਾਅ ਬਣਾਇਆ, ਤਲਾਅ ਦੇ ਵਿੱਚੋਂ 54 ਹਰਸ ਬਾਬਰ ਦੇ 2 ਟਿਊਬਵੈੱਲ ਲਾਏ ਤਲਾਅ ਦੇ ਉੱਤੇ, ਫਿਰ ਨਹਿਰ ਬਣਾ ਲਈ, ਨਹਿਰ ਉੱਤੇ ਚੱਕ ਲਈ। ਹਾਂ ਉਹ ਪਾਣੀ ਲਿਫਟ ਕਰਤਾ ਕਰਕੇ ਉਹਦੇ ਨਾਲ ਫਿਰ ਉਹਦੇ 'ਚ ਗੰਨਾ ਔਰ ਅੰਗੂਰ ਬੀਜੇ ਸਾਰੇ 'ਚ। ਅੱਛਾ ਬਹੁਤ ਗੰਨਾ ਹੁੰਦਾ ਸੀ ਉਹਦੇ 'ਚ। ਅੱਛਾ ਪਾਣੀ ਦੀ ਸਮੱਸਿਆ ਜਿਹੜੀ ਪੰਜਾਬ ਦੀ ਹੈ, ਹੁਣ ਹਰੇਕ ਬੰਦਾ ਕਹਿੰਦਾ ਵੀ ਉਦੋਂ ਦੇ ਲੀਟਰ ਪਤਾ ਨਹੀਂ ਕਮਲੇ ਸੀ, ਪਰ ਕਮਲੇ ਨਹੀਂ ਸੀ ਉਦੋਂ, ਸਮਾਂ ਇਹੋ ਜਿਹਾ ਸੀ। ਅੱਛਾ ਪੰਜਾਬ 'ਚ ਆਉਂਦੀ ਸੀ ਸੇਮ, ਅਤੇ ਇੱਕ ਵਾਰੀ ਪ੍ਰਤਾਪ ਸਿੰਘ ਕੈਰੋਂ ਆਪਣਾ ਮੁੱਖ ਮੰਤਰੀ ਸੀ,
ਪ੍ਰਤਾਪ ਸਿੰਘ ਕਰੋਂ ਨੂੰ ਸੁਖਾਡੀਆ ਸੀ ਰਾਜਸਥਾਨ ਦਾ ਅੱਛਾ ਮੁੱਖ ਮੰਤਰੀ, ਉਹਨੇ ਪ੍ਰਤਾਪ ਸਿੰਘ ਕੈਰੋਂ ਨੂੰ ਸੱਦਿਆ ਵੀ ਆਪਾਂ ਇੱਕ ਮੀਟਿੰਗ ਕਰਨੀ ਆ, ਬਹੁਤ ਜ਼ਰੂਰੀ ਆ, ਵੀ ਤੂੰ ਇੱਥੇ ਰਾਜਸਥਾਨ 'ਚ ਆ, ਸੂਰਤਗੜ੍ਹ ਫਾਰਮ 'ਚ ਆ ਜਾ। ਉਹ ਚਲਿਆ ਗਿਆ। ਉਹ ਸੂਰਤਗੜ੍ਹ ਫਾਰਮ 'ਚ ਦਫ਼ਤਰ ਤੋਂ ਥੋੜ੍ਹਾ ਉਰੇ ਕੈਰੋਂ ਆਪਣੇ ਡਰਾਈਵਰ ਨੂੰ ਕਹਿੰਦਾ, ਕਹਿੰਦਾ ਤੂੰ ਤਾਂ ਗੱਡੀ ਲੈ ਕੇ ਚੱਲ ਉੱਥੇ ਨੂੰ, ਅੱਛਾ ਮੈਨੂੰ ਧਾਰ ਦੇ ਇੱਥੇ ਤੂੰ। ਕਹਿੰਦਾ ਮੈਂ ਦੇਖ ਕੇ ਆਵਾਂ ਵੀ ਸੜਕ ਦੇ ਉੱਤੇ ਲਿਫਾਫਾ ਬਣਾਇਆ ਹੋਇਆ ਕਿ ਫਾਰਮ ਦੇ ਵਿੱਚ ਵੀ ਕੁਛ ਹੈਗਾ। ਸੋ ਪ੍ਰਤਾਪ ਸਿੰਘ ਕੈਰੋਂ ਉਸ ਸਮੇਂ ਦਾ ਜੀ ਬਹੁਤ ਚੰਟ ਲੀਡਰ ਸੀ। ਸੋ ਉਹਦਾ ਦੇਖੋ ਖੋਪੜੀ ਇੱਥੇ ਤੱਕ ਸੀ ਵੀ ਸੜਕ ਦੇ ਨੇੜੇ ਨੇੜੇ ਚੰਗੀਆਂ ਫਸਲਾਂ ਬੀਜ ਕੇ ਦਿਖਾਵਾ ਕੀਤਾ ਜਾਂ ਵਿੱਚ ਜਿਹੜੇ ਖੇਤ ਨੇ ਵੀ ਉੱਥੇ ਵੀ ਕੁਛ। ਹਾਂ, ਤੁਰ ਕੇ ਗਿਆ, ਤੁਰ ਕੇ ਇਕੱਲਾ ਹੀ ਕਾਰ ਉੱਥੇ ਚਲੇ ਗਏ, ਲੈ ਗਿਆ ਡਰਾਈਵਰ। ਅਸੀਂ ਆਏ ਸੀ ਟੈਂਪਰਰੀ ਡਿਊਟੀ 'ਤੇ ਜੈਸਰ ਤੋਂ, ਉੱਥੇ ਜਾ ਦੂਏ ਪਾਸੇ ਦੀ ਆਪ ਇਹ, ਅਤੇ ਅਸੀਂ ਦੇਖ ਕੇ ਬਹਿ ਗਿਆ, ਲੱਗਦਾ ਤਾਂ ਕੈਰੋਂ ਆਹ ਢਹੀ ਜੀ ਪਾਗਲ, ਆਪਣੇ ਗੱਜਣ ਸਿੰਘ ਬਿਆਰਗਾ ਸੀ, ਦੇਖਣੀ ਪਾਖਣੀ। ਸਤਿ ਸ਼੍ਰੀ ਅਕਾਲ ਬੁਲਾਈ, ਅਸੀਂ ਕਿਹਾ ਜੀ ਤੁਹਾਨੂੰ ਤਾਂ ਹਾਰ ਲੈਣ ਵਾਲੇ ਉੱਧਰ ਹਾਰ ਲਈ ਖੜ੍ਹੇ ਨੇ। ਉਹ ਜੱਟਾਂ ਨੇ ਮੁੰਡਿਆਂ ਦਾ ਕੀ ਹੁੰਦਾ, ਮੈਂ ਖੇਤੀ ਦੇਖ ਲਈਏ ਵਿੱਚੋਂ, ਮੈਂ ਇੱਧਰ ਦੀ ਆ ਗਿਆ। ਕਹਿੰਦਾ ਉਹਨਾਂ ਨੂੰ ਕਹਿ ਦਿਓ ਵੀ ਪੰਗਰਲੇ ਪਾਸੇ ਆ ਗਿਆ ਕੈਰੋਂ, ਸੁਖਾੜੀਏ ਉਹਨੇ ਹਾਰ ਹੂਰ ਲੈ ਕੇ ਆ ਗਏ। ਦੇਖ ਦੂ ਕੇ ਮੀਟਿੰਗ ਹੋਣ ਲੱਗ ਗਈ ਬਾਹਰ ਹੀ। ਸੁਖਾੜੀਆ ਕਹਿੰਦਾ ਕੈਰੋਂ ਸਾਹਿਬ ਵੀ ਸਾਡੀ ਇੱਕ ਬੇਨਤੀ ਆ ਵੀ ਤੁਹਾਡਾ ਲਸਾੜਾ ਡਰੇਨ ਆ, ਘੱਗਰ ਦਾ ਪਾਣੀ ਆ ਜਿਹੜਾ, ਜੇ ਤੁਸੀਂ ਇਹਨੂੰ 6 ਮਹੀਨੇ ਰੋਕ ਦਿਓ, ਆਉਂਦੇ ਸਾਲ ਨੂੰ ਅਸੀਂ ਤਾਂ ਹੱਲ ਕਰ ਲਵਾਂਗੇ, ਵੀ 6 ਮਹੀਨੇ 'ਚ ਸਾਡੇ ਤਬਾਹੀ ਲਿਆ ਆਉਂਦਾ ਇੱਥੇ। ਕੈਰੋਂ ਕਹਿਣ ਲੱਗਾ ਮਿਸਟਰ ਸੁਖਾੜੀਆ, ਗੱਲ ਇਹ ਆ ਵੀ ਆਪਦੇ ਘਰਦਿਆਂ ਨੂੰ ਮਾਰ ਕੇ ਗੁਆਂਢੀਆਂ ਨੂੰ ਕੋਈ ਨਹੀਂ ਬਚਾਊਂਗਾ। ਤੁਸੀਂ 6 ਮਹੀਨੇ ਕਹਿੰਦੇ ਹੋ, ਅਸੀਂ 6 ਦਿਨ ਵੀ ਨਹੀਂ ਪਾਣੀ ਰੋਕ ਸਕਦੇ ਆਪਦਾ। ਅੱਛਾ, ਪਾਣੀ ਨਹੀਂ ਰੁਕਣਾ, ਅਸੀਂ ਮਰ ਜਾਂਗੇ, ਤੁਸੀਂ ਬਚ ਜਾਓਗੇ। ਹੜਾਂ ਦਾ ਪਾਣੀ ਆ। ਹਾਂ, ਹੜਾਂ ਦਾ ਪਾਣੀ ਆ, ਹੜ੍ਹ ਦੇ ਪਾਣੀ ਨੂੰ ਕੌਣ ਰੋਕੂ। ਉਹਨੇ ਦੇਖ ਲਿਆ ਵੀ ਕੈਰੋਂ ਜਿਹੜੀ ਗੱਲ ਕਹਿੰਦੇ ਹੋ ਮੁੜਦਾ ਤਾਂ ਹੁੰਦਾ ਨਹੀਂ। ਉਹ ਕਹਿੰਦਾ ਦੂਜੀ ਰਹੀ ਗੱਲ ਕੈਰੋਂ ਸਾਹਿਬ ਇਹ ਵੀ ਜਦੋਂ ਪਾਣੀ ਆਉਂਦਾ ਆ ਭਾਖੜਾ ਦੀ ਟੇਲ ਹੈ ਇਹ ਸਾਰੀ ਨਹਿਰ ਟੁੱਟ ਜਾਂਦੀ ਆ, ਫਿਰ ਕਣਕ ਬੀਜਣ ਦਾ ਟਾਈਮ ਨਹੀਂ ਰਹਿੰਦਾ, ਉਲਟਾ ਚਿਰ ਪਾਣੀ ਨਹੀਂ ਆਉਂਦਾ। ਉਹ ਕਹਿੰਦਾ ਵੀ ਹਾਂ ਇਹ ਹੱਲ ਮੈਂ ਤੁਹਾਡਾ ਕਰ ਸਕਦਾ। ਕਹਿੰਦਾ ਕੀ? ਕਹਿੰਦਾ ਕਿੰਨਾ ਚਿਰ ਪਾਣੀ ਨਹੀਂ ਆਉਂਦਾ? ਕਹਿੰਦਾ 2.5-3 ਮਹੀਨੇ ਨਹੀਂ ਆਉਂਦਾ। ਉਹ ਕਹਿੰਦਾ ਅੱਜ ਕੀ ਦੇਣਾ? ਕਹਿੰਦਾ ਸ਼ੁੱਕਰਵਾਰ। ਕਹਿੰਦਾ ਮੰਗਲਵਾਰ ਨੂੰ ਤੁਹਾਡੇ ਪਾਣੀ ਆਜੂਗਾ ਇੱਥੇ। ਅੱਛਾ ਜੀ। ਸੁਖਾੜੀਆ ਸਾਹਿਬ ਕਹਿੰਦਾ ਕੈਰੋਂ ਸਾਹਿਬ ਕਿਹੜੀਆਂ ਗੱਲਾਂ ਕਰਦੇ ਹੋ, ਹਫ਼ਤੇ 'ਚ ਪਾਣੀ ਕਿੱਥੇ? 3-4 ਦਿਨਾਂ 'ਚ ਪਾਣੀ ਇੱਥੇ ਕਿਵੇਂ ਆਜੂ? ਉਹ ਕਹਿੰਦਾ ਫੋਨ ਆਇਆ ਇੱਥੇ, ਮੈਨੂੰ ਗੱਲ ਕਰ ਦਿਓ। ਜਦ ਉਹ ਦੂਏ ਹੁੰਦੇ ਕਮਾਉਣ ਵਾਲੇ, ਫੋਨ ਲਾਉਣੇ, ਹਾਂ ਮੈਨੂੰ ਕਹਿੰਦੇ ਕਹਿੰਦੇ ਇਹਨੂੰ ਨਾਲ ਲੈ ਜਾਓ ਉੱਧਰ ਨੂੰ ਫੋਨ ਕੋਲ। ਉੱਥੇ ਗਏ, ਉਹ ਮੁੰਡੇ ਨੂੰ ਕਹਿੰਦਾ ਕਹਿੰਦਾ ਮਨਾਈ ਐਕਸਚੇਂਜ ਨਾ। ਉਹਨੇ ਮਿਲਾਇਆ, ਫੜ ਲਿਆ। ਹੈਲੋ, ਉਹ ਗਾਹਾਂ ਐਕਸਚੇਂਜ ਵਾਲਾ ਕਹਿੰਦਾ ਕੌਣ ਬੋਲਦਾ? ਕਹਾਂ ਮੈਂ ਸਰਦਾਰ ਬੋਲਦਾ। ਅੱਛਾ। ਉਹ ਕਹਿੰਦਾ ਕਿਹੜਾ ਸਰਦਾਰ? ਕਹਿੰਦਾ ਮੇਰੇ ਬਿਨਾਂ ਹੋਰ ਵੀ ਕੋਈ ਸਰਦਾਰ ਹੈਗਾ? ਦੇਖੋ ਜਦੋਂ ਕਿਸੇ ਲੀਡਰ ਦੀ ਚੜ੍ਹਾਈ ਹੁੰਦੀ ਹੈ, ਮੇਰੇ ਬਿਨਾਂ ਹੋਰ ਵੀ ਕੋਈ ਸਰਦਾਰ ਹੈਗਾ? ਉਹ ਸਮਝ ਗਿਆ ਵੀ ਕੈਰੋਂ ਹੀ ਆ। ਉਹ ਕਹਿੰਦਾ ਕੈਰੋਂ ਸਾਹਿਬ ਵੀ ਹੁਕਮ ਕਰੋ। ਕਹਿੰਦਾ ਭਾਖੜੇ ਵਾਲਾ ਨਾ ਮਲਾਈ ਕਰਾਂ ਫੋਨ। ਉਦੋਂ ਐਵੇਂ ਹੁੰਦਾ ਸੀ, ਫੋਨ ਕਰਕੇ ਗਾਹਾਂ ਮਲਾਉਂਦੇ। ਉਹ ਕਹਿੰਦਾ ਜੀ ਹੁਣੇ ਬਣਾ ਦਿੰਦਾ। ਬਣਾ ਕੇ ਡਾਇਰੈਕਟਰ ਨਾਲ ਮਿਲਾਇਆ। ਡਾਇਰੈਕਟਰ ਕਹਿੰਦਾ ਹਾਂਜੀ ਕੈਰੋਂ ਸਾਹਿਬ ਦੱਸੋ।
ਕਹਿੰਦਾ ਮੁੰਡੇ ਗੱਲ ਸੁਣ ਲਓ ਮੇਰੀ, ਕੰਨ ਖੋਲ੍ਹ ਕੇ, ਮੈਂ ਸੁਖਾੜੀਏ ਨਾਲ ਕਰ ਲਿਆ ਵਾਇਦਾ ਇੱਥੇ ਵੀ ਮੰਗਲਵਾਰ ਨੂੰ ਪਾਣੀ ਇੱਥੇ ਆਜੂਗਾ, ਹੁਣ ਮੈਨੂੰ ਦੱਸ ਦਿਓ ਵੀ ਪਾਣੀ ਵੀ ਅਪਣਾ ਸਕਦੇ ਹੋ ਕਿ ਨਹੀਂ। ਉਹ ਕਹਿੰਦਾ ਕੈਰਮ ਸਾਹਿਬ ਮੰਗਲਵਾਰ ਨੂੰ ਕਿਹੜੀਆਂ ਗੱਲਾਂ 'ਚ ਫਿਰਦੇ ਹੋ ਤੁਸੀਂ, 10 ਮੀਲ ਨਹਿਰ ਸਾਰੀ ਟੁੱਟੀ ਹੋਈ ਆ, ਵੀ ਇਹ ਤਾਂ 2-2.5 ਮਹੀਨੇ ਤੋਂ ਘੱਟ ਨਹੀਂ ਪਾਣੀ ਆਉਣਾ ਇੱਥੇ। ਕਹਿੰਦਾ ਫਿਰ ਬਿਸਤਰੇ ਬੰਨ ਲਓ, ਮੁੰਡੇ ਪੜ੍ਹੇ ਲਿਖੇ ਬਹੁਤ ਨੇ ਮੇਰੇ ਕੋਲ, ਅੱਛਾ ਤੁਸੀਂ ਕੀ ਕਰਦੇ ਹੋ, ਦਸਖਤ ਹੀ ਕਰਨੇ ਨੇ, ਹੋਰ ਕਿਸੇ ਨੂੰ ਬਿਠਾ ਦਾਂਗੇ ਇੱਥੇ, ਜਾਂ ਪਾਣੀ ਉੱਪੜਦਾ ਕਰ ਦਿਓ। ਉਹ ਕਹਿੰਦਾ ਇਹ ਸੋਚਦਾ, ਕਹਿੰਦਾ ਸੋਚਣਾ ਸੋਚਣਾ ਨਹੀਂ, ਮੈਨੂੰ ਪੱਕੀ ਗੱਲ ਦੱਸੋ, ਮੈਂ ਇਹਨਾਂ ਨਾਲ ਵਾਇਦਾ ਕਰਾਂ। ਉਹ ਕਹਿੰਦੇ ਜੀ ਕਰ ਦਾਂਗੇ, ਪਤਾ ਸੀ ਵੀ ਨਹੀਂ, ਇਹਨੇ ਹੁਣੇ ਕਹਿੰਦਾ ਪੜ੍ਹ ਲਓ ਬਿਹਤਰ। ਜਦ ਉਹਨਾਂ ਨੇ ਕਹਿੰਦਾ ਕਰ ਦਾਂਗੇ, ਆ ਕੇ ਕਹਿੰਦਾ ਸੁਖਾੜੀਆ ਸਾਹਿਬ ਮੰਗਲਵਾਰ ਨੂੰ ਪਾਣੀ ਇੱਥੇ ਆਜੂ ਆਥਣ ਨੂੰ। ਉਹ ਕਹਿੰਦਾ ਕੈਰੋ ਸਾਹਿਬ ਆਪਦੇ ਗਲੋਂ ਲਾਉਣਾ ਤੁਸੀਂ, ਲਾ ਕੇ ਤੁਰ ਜਾਓਗੇ, ਨਾ ਕੈਰੋ ਸਾਨੂੰ ਮਿਲੇ ਮੁੜ ਕੇ, ਨਾ ਪਾਣੀ ਆਵੇ। ਕਹਿੰਦਾ ਨਹੀਂ, ਜਿਹੜੀ ਗੱਲ ਕੈਰੋ ਕਹੂ ਉਹ ਹੋਊਗੀ। ਚਲਿਆ ਗਿਆ ਮੀਟਿੰਗ ਤੋਂ ਬਾਅਦ। ਰਾਤ ਨੂੰ ਤਾਂ ਅਸੀਂ ਪੈ ਗਏ, ਸਵੇਰੇ ਜਦ ਉੱਠੇ ਦੇਖ ਲਾ ਵੀ ਉਹ 10 ਮੀਲ 'ਚ ਪਤਾ ਨਹੀਂ ਕਿੰਨਾ ਕੁ ਬੁਲਡੋਜ਼ਰ ਵਿੱਚੇ ਗਧਿਆਂ ਵਾਲੇ ਕਰੇਨਾਂ ਵਾਲੇ ਇੰਨੀ ਮਸ਼ੀਨਰੀ ਆ ਉਤਰੀ, ਮਸ਼ੀਨਰੀ ਤਿਆਰ ਕਰਕੇ ਸੋਮਵਾਰ ਨੂੰ ਸ਼ਾਮ ਨੂੰ ਪਾਣੀ ਪੜਾਤਾ ਉੱਥੇ ਮੰਗਲਵਾਰ ਦੀ ਬਜਾਏ, ਮੰਗਲਵਾਰ ਦੀ ਬਜਾਏ। ਸੋ ਆਹ ਹੁੰਦੀ ਹੈ ਜੀ ਚੰਗੀ ਲੀਡਰਾਂ ਦੀ ਗੱਲ, ਬਈ ਜਿਹੜੀ ਗੱਲ ਕਹਿ। ਉਹ ਕਹਿੰਦਾ ਆਰਡਰ ਕਾਗਜ਼ਾਂ 'ਚ ਨਹੀਂ, ਕੈਰੋਂ ਦੀ ਇਹ ਥਿਓਰੀ ਸੀ ਵੀ ਕੰਮ ਕਰ ਦਿਓ ਮਨਜ਼ੂਰੀ ਬਾਅਦ 'ਚ ਹੋਊਗੀ। ਅੱਛਾ ਮਨਜ਼ੂਰੀ ਬਾਅਦ 'ਚ ਕਰਾਂ, ਮਨਜ਼ੂਰੀ ਦੀ ਨਹੀਂ ਗੱਲ ਕੋਈ, ਕੰਮ ਕਰੋ। ਪਰ ਇਹ ਕਿਉਂ ਕਹਿੰਦੇ ਆ ਵੀ ਪਟਵਾਰੀ ਕੈਰੋਂ ਦੇ ਭਜਾਏ ਹੋਏ ਜੇ ਤੱਕ ਵੱਟਾਂ 'ਚ ਤੁਰੇ ਫਿਰਦੇ ਆ? ਉਹ ਤਾਂ ਆਪਣੇ ਪਿੰਡ ਦੇ ਹੀ ਕਈ ਕਹਿ ਫਿਰਦੇ ਨੇ। ਅੱਛਾ ਇਹ ਕੀ ਕਹਾਣੀ ਸੀ? ਪਟਵਾਰੀਆਂ ਨੇ ਹੜਤਾਲ ਕਰਤੀ ਸੀ, ਜਿਵੇਂ ਤੁਹਾਡੇ ਮਹਿਕਮੇ ਨੇ ਕਰੀ, ਹੜਤਾਲ ਕਰਕੇ। ਉਹ ਕਹਿੰਦਾ ਤੁਸੀਂ ਬੰਦੇ ਬਣ ਜਾਓ, ਕੰਮ ਕੁੰਮ ਤੁਹਾਡੇ ਕੋਲ ਕੁਛ ਨਹੀਂ ਹੈਗਾ, ਕੀ ਆ 6 ਮਹੀਨੇ ਕਹਿੰਦਾ ਗਦਾਵਰੀ ਕਰਨੀ ਆ, ਪੋਲ ਦੀਆਂ ਤੁਸੀਂ ਕਰਨੇ ਹੋ, ਜੱਟਾਂ ਤੋਂ ਕਹਿੰਦਾ ਕੰਨੇ ਛੱਲੀਆਂ, ਇਹ ਤੁਹਾਨੂੰ ਅੰਤ ਨਹੀਂ ਰਹਿੰਦਾ। ਕਹਿੰਦੇ ਨਹੀਂ ਜੀ ਅਸੀਂ ਇੰਨੀ ਤਨਖਾਹ 'ਤੇ ਕੰਮ ਨਹੀਂ ਕਰਨਾ। ਕਹਿੰਦਾ ਚੰਗਾ ਫਿਰ ਤੁਸੀਂ ਸਾਰੀ ਛੁੱਟੀ ਕਰੋ। ਅੱਛਾ ਮੁੰਡੇ ਸਾਡੇ ਕੋਲ ਬਹੁਤ ਨੇ, ਉਹਨਾਂ ਨੂੰ ਕਣਕ ਛੋਲੇ ਲਿਖਣੇ ਸਿਖਾਉਣਾ, ਪੜ੍ਹਾਈ ਤਾਂ ਉਹਨਾਂ ਨੂੰ ਆਉਂਦੀ ਹੋਈ ਹੈ। ਔਰ ਸਾਰਿਆਂ ਨੂੰ ਇਹ ਆਰਡਰ ਕਰਤਾ ਵੀ ਸਾਰੇ ਡਿਸਮਿਸ ਨੇ। ਅੱਛਾ ਗੌਰਮੈਂਟ ਸਰਵਿਸ ਨਹੀਂ ਮੁੜ ਕੇ ਕਰ ਸਕਦਾ, ਕਰ ਵੀ ਨਹੀਂ ਸਕਦੇ ਨਾ। ਅੱਛਾ ਬਸ ਕਹਿੰਦਾ ਨਵੇਂ ਭਰ ਕੇ 20 ਦਿਨ ਦੀ ਟ੍ਰੇਨਿੰਗ ਦਿਓ ਇਹਨਾਂ ਨੂੰ, ਕਹਿੰਦਾ ਮੁੰਡਿਆਂ ਨੂੰ 10ਵੀਂ ਵਾਲਿਆਂ ਨੂੰ ਗਦਾਵਰੀ ਸਿਖਾਉਣੀ ਆ। ਇਹ ਤਾਂ ਐਡਾ ਹਰਿਆਣੇ ਵਾਲੇ ਹੁਣ ਵੀ ਇਹ ਕਹਿੰਦੇ ਸੀ ਬਈ ਮਾਸਟਰਾਂ ਦੀ ਮਰੋੜ ਸੜਕਾਂ ਦੇ ਮੋੜ ਕੈਰੋਂ ਕੱਢ ਗਿਆ, ਹੋਰ ਨਹੀਂ ਕਿਸੇ ਤੋਂ ਨਿਕਲੇ। ਅੱਛਾ ਜੀ ਸਾਡੇ ਕੋਲ ਉੱਥੇ ਆ ਗਿਆ ਇੱਕ ਬਚਿੱਤਰ ਸਿੰਘ ਬੰਦਾ ਸੀ ਪੋਲੀਟੀਕਲ ਸਫ਼ਰ, ਉਹਦਾ ਬੜਾ ਅਡੀ ਸੀ ਇਹ। ਅੱਛਾ ਉਹਦੇ ਕੋਲ ਰਹਿਣਾ ਹੁੰਦਾ ਜਾ ਕੇ। ਬਚਿੱਤਰ ਸਿੰਘ ਦਿਨ ਕਹਿੰਦਾ ਕਹਿੰਦਾ ਕੈਰੋਂ ਸਾਹਿਬ ਤੇਰੇ ਆ ਬੰਦੇ ਨੇ ਨਾ ਜਿਹੜੇ ਇਹ ਸਾਰੇ ਮਨ ਮਰਜ਼ੀਆਂ ਕਰਦੇ ਨੇ, 8 ਵਜੇ ਦਾ ਟਾਈਮ ਹੈ, 10 ਵਜੇ ਤੁਸੀਂ ਨਹੀਂ ਆਉਂਦੇ। ਅੱਛਾ ਕਹਿੰਦਾ ਕੋਈ ਨਹੀਂ ਫਿਰ ਆਪਾਂ ਦੇਖ ਲਵਾਂਗੇ ਜਿੱਦਣ ਆਉਣਾ ਆ। ਆ ਕੇ 8 ਵਜੇ ਦਾ ਟਾਈਮ ਸੀਗਾ, 7:45 ਜਾ ਕੇ ਕੁਰਸੀ 'ਤੇ ਬਹਿ ਗਿਆ ਹੈਡ ਆਫਿਸ 'ਚ, ਅਤੇ ਬੈਠਿਆ ਕੁਰਸੀ 'ਤੇ ਇੱਕ ਟਾਈਮ ਕੀਪਰ ਆਇਆ ਇਕੱਲਾ। ਅੱਛਾ ਉਹ ਆਇਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕਰ। ਹਾਂ ਵੀ ਤੂੰ ਕੌਣ ਆ? ਮੈਂ ਜੀ ਟਾਈਮ ਕੀਪਰ ਹਾਂ, ਲਿਆ ਰਜਿਸਟਰ ਪੇਰਾ 'ਚ ਆਪਾਂ ਇਹਨਾਂ ਦਾ ਟਾਈਮ ਦੇਖੀਏ। ਰਜਿਸਟਰ ਲੈ ਲਿਆ, ਕਿਹਨੇ ਆਉਣਾ ਸੀ 8 ਵਜੇ? 9 ਵਜੇ ਲੋਕਾਂ ਨੂੰ ਪਤਾ ਲੱਗਿਆ ਵੀ ਉਹ ਬਾਬਾ ਆਇਆ ਬੈਠਾ ਉੱਥੇ, ਡਿੱਗਦੇ ਹੀ ਆਉਣ ਫਿਰ ਭੱਜੇ।
ਆ ਕੇ ਹਰੇਕ ਨੂੰ ਕਿਹਾ ਵੀ ਕੀ ਨਵਾਂ ਫਲਾਣਾ ਜੀ ਲਾਲ ਸ਼ਾਹੀ ਮਾਰ ਕਰਤ ਕਰੀ ਗਿਆ ਸਾਰਿਆਂ ਨੂੰ ਲੱਗੇ ਮਗਰੋਂ ਮਿੰਨਤਾਂ ਕਰਨ। ਕਹਿੰਦਾ ਆ ਜਾਓ ਹੁਣ ਸਾਰੇ ਆ ਜਾਓ ਉਰੇ। ਕਹਿੰਦੇ ਹਾਂ ਜੀ ਦੱਸੋ ਕੈਰਮ ਸਾਹਿਬ ਤੁਸੀਂ ਗਲਤੀ ਹੋ ਗਈ। ਕਹਿੰਦਾ ਗਲਤੀ ਆਏ ਕਹੇ ਤਾਂ ਨਹੀਂ ਮਾਫ਼ ਹੁੰਦੀ ਹੁੰਦੀ ਆਪਣੇ ਉੱਪਰ ਕੋਈ ਨਹੀਂ ਆਪਾਂ ਮਾਫ਼ ਕਰਦੀ ਮਾਫ਼ ਆ ਆਪਾਂ ਨਾ ਕਰੀਏ ਨਹੀਂ ਹੋਣੀ। ਉਹ ਕਹਿੰਦੇ ਵੀ ਫੇਰ ਕਹਿੰਦਾ ਵੀ ਤੁਸੀਂ ਜੇ ਮੈਂ ਤੁਹਾਨੂੰ ਮਾਫ਼ ਕਰਦਾ ਕਰ ਸਕਦਾ ਮੈਂ ਅੱਛਾ ਫਿਰ ਤੁਸੀਂ ਕਹਿਣਾ ਵੀ ਕਹਿ ਰਹਾਂਗਾ ਕਿ ਆ ਮਿਹਨਤ ਕਰ ਲਾਂਗੇ ਮਗਰੋਂ ਇਹ ਕੰਮ ਨਹੀਂ ਆਪਾਂ ਕਰਨਾ। ਹੁਣ ਜੋ ਕਹਿਤਾ 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 ਉਹ ਕਹਿੰਦੇ ਜੀ ਬਸ ਸਾਡੇ ਤਾਂ ਬੱਚੇ ਭੁੱਖੇ ਮਰ ਚੜ ਗਏ ਆਹੋ ਹੋਜੂ। ਕਹਿੰਦਾ ਫਿਰ ਇੱਕ ਰਹਿਤ ਕਰ ਦਿੰਦਾ ਤੁਹਾਡੇ ਤਾਂ ਮੈਨੂੰ ਤਰਸ ਜਿਹਾ ਆ ਗਿਆ ਥੋੜ੍ਹਾ। ਕਹਿੰਦੇ ਕੀ ਵੀ ਸਰਵਿਸ ਬ੍ਰੇਕ ਕਰਕੇ ਤੁਹਾਨੂੰ ਨਵੀਂ ਅਪੋਇੰਟਮੈਂਟ ਦੇ ਦਿੰਦੇ ਅੱਜ ਤੋਂ। ਅੱਛਾ ਕਿਸੇ ਦੀ 10 ਸਾਲ ਦੀ ਸਰਵਿਸ ਕਿਸੇ ਦੀ 15 ਦੀ ਸਾਰਿਆਂ ਦੀ ਕੱਟ ਤੀ ਜੀਰੋ ਤੋਂ ਸ਼ੁਰੂ ਕਰਤੀ ਜੀਰੋ ਤੋਂ ਸ਼ੁਰੂ ਕਰਤੀ। ਕਹਿੰਦਾ ਨਵੇਂ ਅਪੋਇੰਟਮੈਂਟ ਲੈਟਰ ਲੈ ਲਓ। ਉਦੋਂ ਕੋਰਟ 'ਚ ਜਾਣਾ ਵੀ ਨਹੀਂ ਸੀ ਕੋਈ ਜਾਣਦਾ ਸਿਸਟਮ ਹੀ ਨਹੀਂ ਇੰਨਾ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ। ਹਾਂ ਬਾ ਕਰਕੇ ਉਹਨਾਂ ਨੂੰ ਕਹਿੰਦਾ ਨਵੀਂ ਅਪਾਰਟਮੈਂਟ ਲਓ। ਸਵੇਰ ਨੂੰ 7 ਵਜੇ ਨੂੰ ਸਾਰਾ ਸਟਾਫ ਭੱਜਿਆ ਆਇਆ ਟਾਈਮ ਸਿਰ ਪਹੁੰਚਣ ਲੱਗ ਗਿਆ। ਹਾਂ ਇਹ ਗੱਲ ਹੈ ਜੀ ਜਿੰਨਾ ਚਿਰ ਇਨਫੋਰਸ ਨਹੀਂ ਹੁੰਦੇ ਕਾਨੂੰਨ ਉਨਾ ਚਿਰ ਕਾਨੂੰਨਾਂ ਦਾ ਕੋਈ ਮਤਲਬ ਨਹੀਂ ਹੁੰਦਾ। ਜਦੋਂ ਇਨਫੋਰਸ ਹੁੰਦੇ ਫਿਰ ਪਤਾ ਲੱਗਦਾ ਕਿ ਕਾਨੂੰਨ ਕੀ ਸੀਗਾ ਅਤੇ ਕਾਨੂੰਨ ਦੇ ਵਿੱਚ ਕਿੰਨੀ ਤਾਕਤ ਆ। ਸੋ ਫਿਰ ਤੁਸੀਂ ਐਡੀਟਰ ਦੀ ਟ੍ਰੇਨਿੰਗ ਕਰਕੇ ਪਾਣੀਪਤ ਆ ਗਏ। ਪਾਣੀਪਤ ਐਗਰੋ 'ਚ ਆ ਗਏ ਫਿਰ ਅਸੀਂ 500 ਟਰੈਕਟਰ ਵੰਡਿਆ ਉੱਥੇ ਜਿਮੀਦਾਰਾਂ ਜੀਟਰ ਜੀਟਰ ਚੈੱਕ ਸਲਵਾਕੀਆ ਵਾਲਾ। ਹਾਂ ਉਹ ਜਿਹੜੇ ਪਹਿਲਾਂ ਗੋਲ ਸ਼ੇਪ ਵਾਲੇ ਆਏ ਸੀ। ਅੱਛਾ ਉਹ ਵੰਡੇ 6 ਮਹੀਨੇ ਦੀ ਸਰਵਿਸ ਹੁੰਦੀ 13,000 ਦਾ ਟਰੈਕਟਰ ਹੁੰਦਾ ਉਦੋਂ ਜੀਟਰ ਨਵਾਂ ਟਰੈਕਟਰ 13,000 2,200 ਜਮ੍ਹਾਂ ਕਰਾਇਆ ਸੀ 200 ਫਿਰ ਮੋੜਿਆ ਉਹਨਾਂ ਨੂੰ। ਅੱਛਾ ਵੀ ਵੱਧ ਲੈ ਲਈ ਉਸ ਉੱਤੋਂ। ਅੱਛਾ ਜੀ ਇੰਨਾ ਸਸਤਾ ਜ਼ਮਾਨਾ ਸੀ। ਮੈਸੀ 12,000 ਦਾ ਹੁੰਦਾ ਉਦੋਂ ਮੈਸੀ ਉਦੋਂ ਵੀ ਸਸਤਾ ਸੀ। ਹਾਂ ਕਹਿੰਦੇ ਸੀ ਤਾਂ ਇੰਡੀਆ ਦਾ ਉਹ ਬਾਹਰੋਂ ਆਉਂਦੇ ਸੀ। ਅੱਛਾ ਵੀ ਉਹ ਬਾਹਰਲਾ ਇਹ ਇੰਡੀਆ ਨਾ। ਹਾਂ ਠੀਕ ਠੀਕ ਹੈ ਠੀਕ ਹੈ। ਅਤੇ ਤੁਸੀਂ ਪਹਿਲੇ ਪੁਰਾਣੇ ਟਰੈਕਟਰ ਤੁਸੀਂ ਕਿਹੜੇ ਕਿਹੜੇ ਦੇਖੇ ਆ ਮਤਲਬ ਜਦੋਂ ਤੁਹਾਨੂੰ ਟਰੈਕਟਰਾਂ ਬਾਰੇ ਪਤਾ ਲੱਗਿਆ ਨੌਲੇਜ ਹੋਈ? ਜਾਣੀ ਹਜ਼ਾਰ ਜਦ ਅਸੀਂ ਆਏ ਹਾਂ ਅਸੀਂ ਸਭ ਤੋਂ ਪੁਰਾਣਾ ਟਰੈਕਟਰ ਇੱਥੇ ਖੜਾ ਸੀ ਉਹਦੇ ਟਾਇਰ ਵੀ ਲੋਹੇ ਦੇ ਸੀ। ਅੱਛਾ ਜੀ ਮੂਹਰਲੇ ਵੀ ਮਗਰਲੇ ਵੀ। ਅੱਛਾ ਲਿਫਟ ਹੈ ਨਹੀਂ ਸੀ ਉਹਨੂੰ ਪੁਲੀ ਚੱਲਦੀ ਸੀ। ਅੱਛਾ ਉਹ ਸੀਗਾ ਫੀਲਡ ਮਾਰਸ਼ਲ ਫੀਲਡ ਮਾਸਟਰ। ਹਾਂ ਠੀਕ ਹੈ ਜੀ ਉਹਨੇ ਤਾਂ ਗੱਡੀ ਉਦੋਂ ਗੱਡੇ ਹੀ ਸੀ ਇੱਥੇ ਟਰਾਲੀਆਂ ਵੀ ਨਹੀਂ ਸੀਗੀਆਂ। ਇਹਨਾਂ ਨੇ ਕਣਕ ਢੋ ਢੋ ਕੇ ਇੱਕ ਪਲੇਟਫਾਰਮ ਜਿਹਾ ਬਣਾਇਆ ਹੋਇਆ ਸੀ ਉੱਥੇ ਢੇਰ ਲਾਈ ਜਾਣੇ ਹਫ਼ਤਾ ਸਾਰਾ ਉਹਨੂੰ ਫਿਰ ਜਦ ਚਲਾਉਣਾ ਪਹਿਲਾਂ ਉਹ ਵਿੱਚ ਆਉਂਦੇ ਜਾਂ ਪਾ ਕੇ ਸਟਾਰਟ ਹੁੰਦਾ ਹੁੰਦਾ। ਅੱਛਾ ਅਤੇ ਜਦ ਉਹ ਚੱਲ ਪੈਣਾ 6 ਥਰੈਸ਼ਰ ਹੁੰਦੇ ਇੰਗਲੈਂਡ ਵਾਲੇ ਉਹਦੇ ਕੋਲ। ਅੱਛਾ ਲੱਗੇ ਹੋਏ ਮੂਹਰੇ ਬਸ ਉਹਨੇ ਅੱਧੀ ਕੁ ਦਿਹਾੜੀ 'ਚ ਸਾਰਾ ਉਹ ਪਲੇਟਫਾਰਮ ਕਰ ਲਈ ਕਰ ਦੇਣਾ। 6 ਬੋਰੀਆਂ ਲੱਗਦੀਆਂ ਹੁੰਦੀਆਂ ਉਹਨੂੰ ਬੁੱਲੇ ਬੁੱਲੇ। ਫਿਰ ਉਹਨੂੰ ਅੱਗ ਲੱਗ ਗਈ ਮੱਚ ਗਿਆ ਲੱਕੜ ਦਾ ਹੀ ਵਾਲਾ ਬਣਿਆ ਹੋਇਆ ਸੀ। ਅੱਛਾ ਕਿਆ ਬਾਤ ਹੈ ਜੀ ਇੰਟਰਸਟਿੰਗ ਚੀਜ਼ਾਂ ਨੇ ਜੀ ਪੁਰਾਣੇ ਸਮੇਂ ਦੀਆਂ। ਕੈਰੋਂ ਨੇ ਤਾਂ ਕੈਰੋਂ ਪੱਟੀ ਇਲਾਕੇ ਦੇ ਬੰਦੇ ਹਿਸਾਰ ਵੱਲ ਜਾ ਕੇ ਆਬਾਦ ਕਰਤੇ। ਅੱਛਾ ਜੀ ਵੀ ਇਹ ਗੈਰ ਸਿੱਖ ਇਲਾਕਾ ਮੈਨੂੰ ਪਤਾ ਲੱਗਦਾ ਰਹੇ ਕਿ ਉਹ ਕੀ ਕਰਦੇ ਨੇ। ਅੱਛਾ ਉਹਨਾਂ ਨੇ ਮਨ 'ਚ ਕੀ ਸੋਚਿਆ ਵੀ ਕੈਰੋਂ ਤਾਂ ਆਪਣਾ ਬੰਦਾ ਆਪਾਂ ਨੂੰ 12.5 ਕਿੱਲੇ ਜ਼ਮੀਨ ਇਹਨੇ ਦਿੱਤੀ ਆ। ਅੱਛਾ ਆਪਾਂ 12.5 ਹੋਰ ਲੈ ਕੇ ਮੁਰੱਬਾ ਮੁਰੱਬਾ ਕਰ ਲਓ। ਅੱਛਾ ਵੀ ਕੈਰੋ ਨੂੰ ਕਹਿ ਰਹੇ ਹਾਂ ਵੀ ਇਹ ਬੰਦੇ ਤਾਂ ਸਾਨੂੰ ਤੰਗ ਹੀ ਬਹੁਤ ਕਰਦੇ ਆ ਸਾਡਾ ਤਾਂ ਸਮਾਨ ਚੋਰੀ ਕਰ ਲੈਂਦੇ ਸਾਡੇ ਡੰਗਰ ਲੈ ਜਾਂਦੇ ਆ
ਅਸੀਂ ਔਖੇ ਹਾਂ, ਅਸੀਂ ਬਹੁਤ ਔਖੇ ਹਾਂ ਵੀ ਨਹੀਂ ਅਸੀਂ ਤਾਂ ਮੁੜ ਜਾਵਾਂਗੇ ਹੁਣ ਵੀ। ਸੋ ਉਹਨੇ ਉੱਥੇ ਪਲਾਂਟ ਕੀਤੇ ਸੀ ਆਪਦੇ ਇਲਾਕੇ ਦੇ ਲੋਕ ਲਿਜਾ ਕੇ ਪੋਲੀਟੀਕਲ ਸਫ਼ਰ ਵਾਸਤੇ, ਬਈ ਕਹਿ ਦਿੱਤਾ ਵੀ ਪੋਲੀਟੀਕਲ ਸਫ਼ਰ ਨੇ ਇਹ, ਇਹਨੂੰ ਜ਼ਮੀਨ ਅਲਾਟ ਹੋ ਗਈ। ਹਾਂ, ਅਤੇ ਉਹ ਜਦੋਂ ਇਹ ਸਕੀਮ ਉਹਨਾਂ ਨੇ ਬਣਾ ਲਈ, ਡੀ ਸੀ ਦੇ ਦਫ਼ਤਰ ਦੇ ਮੂਹਰੇ ਆ ਕੇ ਰਜਾਈਆਂ ਲੈ ਕੇ ਬਹਿ ਗਏ, ਸਿਆਲ ਜੇ ਦਾ ਮਹੀਨਾ ਸੀ ਵੀ ਅਸੀਂ ਤਾਂ ਜੀ ਭੁੱਖ ਹੜਤਾਲ 'ਤੇ ਬੈਠੇ ਹਾਂ। ਡੀ ਸੀ ਦੀ ਹੁਣ ਇੰਨੀ ਤਾਕਤ ਨਹੀਂ ਸੀ ਵੀ ਇਹਦੇ ਪਲੱਟ ਵਾਲਿਆਂ ਨੂੰ ਕੁਛ ਕਹੇ, ਉਹਨੇ ਕੈਰੋਂ ਨੂੰ ਗੱਲ ਕੀਤੀ ਵੀ ਆਹ ਤੇਰੇ ਬੰਦੇ ਬੈਠੇ ਨੇ ਅਤੇ ਇਹਨਾਂ ਦਾ ਆਪ ਹੀ ਸੁਲਝ ਲਾ ਕੇ, ਕਹਿੰਦਾ ਕੋਈ ਨਹੀਂ ਮੈਂ ਆਉਣਾ ਐਤਵਾਰ ਨੂੰ ਉਹਦੇ ਕੋਲ ਵਿਚਿੱਤਰ ਸਿੰਘ ਕੋਲ, ਉੱਦਣ ਦੇਖਾਂਗੇ। ਆ ਗਿਆ ਸਵੇਰੇ ਸਾਜਰੇ ਵਿਚਿੱਤਰ ਸਿੰਘ ਨੂੰ ਨਾਲ ਲੈ ਕੇ, ਬਾਬਿਓ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਉਹ ਕਹਿੰਦਾ ਤੁਸੀਂ ਕਿਵੇਂ ਆ ਬੈਠੇ ਇੱਥੇ? ਅੱਛਾ। ਕਹਿੰਦੇ ਕਹਿ ਰਹੋ ਤੈਂ ਤਾਂ ਸਾਨੂੰ ਫਸਾ ਤਾ, ਅੱਛਾ, 12.5 ਕਿੱਲੇ ਜ਼ਮੀਨ ਦੇ ਕੇ ਨਾ ਸਾਡਾ ਇੰਨੇ 'ਚ ਗੁਜ਼ਾਰਾ ਹੁੰਦਾ, ਨਾ ਅਸੀਂ ਪਿੱਛੇ ਚੌਕੇ ਰਹੇ, ਅੱਧਾ ਟੱਬਰ ਪਿੱਛੇ ਅੱਧਾ ਇੱਥੇ ਆ, ਬਈ ਜਾਂ ਤਾਂ ਸਾਨੂੰ ਜ਼ਮੀਨ ਹੋਰ ਦਿਓ, ਅਸੀਂ ਮਗਰ ਲਿਆਉਂਗੇ ਇੱਥੇ ਸੱਦ ਲਈਏ, ਨਹੀਂ ਵੀ ਅਸੀਂ ਤਾਂ ਵਾਪਸ ਜਾਵਾਂਗੇ। ਅੱਛਾ, ਪਹਿਲਾਂ ਤਾਂ ਬੋਲਾ ਜਿਹਾ ਹੋ ਕੇ ਸੁਣੀ ਗਿਆ ਖੜਾ, ਜਦ ਉਹਨਾਂ ਨੂੰ ਕਹਿੰਦਾ ਬਸ ਹੋਰ ਤਾਂ ਨਹੀਂ ਤੁਹਾਡੀ ਕੋਈ ਗੱਲ, ਕਹਿੰਦੇ ਨਹੀਂ, ਕਹਿੰਦਾ ਤੁਹਾਡੇ ਵਿੱਚੋਂ ਉਹ ਦੱਸੋ ਵੀ ਪੋਲੀਟੀਕਲ ਸਫ਼ਰ ਕਿਹੜਾ ਤੁਹਾਡੇ ਚੋਂ? ਅੱਛਾ। ਉਹ ਕਹਿੰਦੇ ਕਿਉਂ? ਕਹਿੰਦਾ ਇੱਕ ਵੀ ਬੰਦੇ ਨੇ ਤੁਹਾਡੇ ਨੇ ਆਜ਼ਾਦੀ ਵਾਸਤੇ ਜੇਲ੍ਹ ਨਹੀਂ ਕੱਟੀ, ਜਨਾਨੀਆਂ ਕੱਢਣ 'ਚ ਤੁਹਾਡੀ ਜੇਲ੍ਹ ਨੇ, ਮੈਂ ਤੁਹਾਨੂੰ ਪੋਲੀਟੀਕਲ ਸਫ਼ਰ ਬਣਾਇਆ, ਯਾਦ ਕਰ ਲਓ, ਮੋੜ ਕੇ ਪੱਟੀ ਪਾੜ ਦੂੰ ਸਾਰਿਆਂ ਨੂੰ, ਨਹੀਂ ਚੱਕ ਕੇ ਰਜਾਈਆਂ ਤੁਰ ਜਾਓ ਇੱਥੋਂ। ਭਾਜ ਗਏ, ਇੱਕ ਨਹੀਂ ਆਇਆ ਮੁੜ ਕੇ, ਸੈੱਟ ਹੋ ਗਈ। ਹੁਣ ਵੀ 12.5 ਕਿੱਲੇ ਇੰਨੇ ਲੋਕ ਉੱਥੇ ਬੈਠੇ ਆ, ਹੁਣ ਉੱਥੇ ਬੈਠੇ ਆ। ਸੋ ਇਹ ਹਰਿਆਣਾ ਵੰਡ ਤੋਂ ਪਹਿਲਾਂ ਦੀਆਂ ਗੱਲਾਂ ਨੇ। ਹਾਂ, ਭਜਨ ਲਾਲ ਹੋਣੀ ਕਹਿੰਦੇ ਸੀਗੇ ਵੀ ਇਹ ਜਿਹੜੀ 12.5 ਕਿੱਲੇ ਜ਼ਮੀਨ ਆ, ਇਹਨਾਂ ਨੇ ਆਜ਼ਾਦੀ ਖਾਤਰ ਲੜੀ ਹੈ, ਇਹਨਾਂ ਨੂੰ ਪੰਜਾਬ 'ਚ ਦਿਓ। ਅੱਛਾ। ਬੰਸੀ ਲਾਲ ਆ ਰਹੇ, ਭਜਨ ਲਾਲ, ਉਹਨੇ ਫਿਰ ਕੇਸ ਕਰਾਇਆ ਇਹਨਾਂ ਤੋਂ ਵੀ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਲੜੇ ਸੀ, ਪੰਜਾਬ ਦੀ ਵਾਸਤੇ ਨਹੀਂ। ਇਹਨਾਂ ਨੂੰ ਕੋਈ ਗੌਰਮੈਂਟ ਆ ਜੇ, ਜਿੱਥੇ ਹੈਗੀ ਉੱਥੇ ਹੀ ਰਹੂ, ਹਿੱਲ ਨਹੀਂ ਸਕਦੀ। ਨਾ, ਪੱਕੇ ਕਰ ਗਿਆ, ਪੱਕੇ ਕਰਤੇ। ਉਹਦਾ ਸਿਨੇਮਾ ਵੀ ਸੀ ਉੱਥੇ, ਸਿਨੇਮਾ ਬਣਾਇਆ ਸੀ ਉਹਨੇ, ਉਹਦੇ ਉੱਤੇ ਹੁਣ ਵੀ ਬਹੁਤ ਵੱਡੀ ਜੁੱਤੀ ਬਣਾਈ ਹੋਈ ਆ ਉਹਦੀ। ਅੱਛਾ। ਉਹਨੂੰ ਹਸਣ ਲੱਗ ਕੇ ਕਹਿੰਦੇ ਕਹਿਰੋਂ ਸਾਹਿਬ ਵੀ ਇਹ ਜੁੱਤੀ ਕਾਹਤੇ ਬਣਾਈ ਆ? ਕਹਿੰਦਾ ਆਬਾਦੀ ਦੇ ਵਿੱਚ ਬਣਾ ਨਹੀਂ ਸਕਦੇ ਸਿਨੇਮਾ, ਜੁੱਤੀ ਨਾਲ ਬਣਾਇਆ ਸੀ। ਸੋ ਪੁਰਾਣੇ ਲੀਡਰਾਂ ਦੀਆਂ ਗੱਲਾਂ ਨੇ ਜੀ, ਉਹਨਾਂ ਜ਼ਮਾਨੇ। ਪਰ ਇੱਕ ਚੀਜ਼ ਆ, ਕੰਮ ਕਰਦੇ ਸੀ ਉਹ, ਇਹ ਨਹੀਂ ਸੀਗਾ। ਜਿਹੜੀ ਗੱਲ ਜ਼ਬਾਨ ਤੋਂ ਕਹਿਤੀ, ਫਾਰਮ ਦੇ ਅਫਸਰ ਨਿਆਣੇ ਛੱਡਣ ਨੂੰ ਬੱਗੀਆਂ ਬੁੱਗੀਆਂ ਵਰਤਦੇ ਸੀਗੇ, ਉਹ ਕਹਿੰਦਾ ਨਹੀਂ, ਬੱਗੀ ਤੁਹਾਨੂੰ ਦਿੱਤੀ ਹੋਈ ਆ ਨਿਆਣਿਆਂ ਨੂੰ। ਅੱਛਾ। ਸਾਰਿਆਂ ਨੂੰ ਕਹਿੰਦਾ ਆਪਣਾ ਜਿਵੇਂ ਮਰਜ਼ੀ ਤੋਰੋ, ਬੱਗੀ 'ਚ ਕੋਈ ਬੱਚਾ ਨਹੀਂ ਜਾਊਗਾ। ਇਹ ਜਿਹੜੀ ਮਰੱਬੇਬੰਦੀ ਹੋਈ ਆ ਪੰਜਾਬ ਦੀ, ਇਹਦੇ 'ਚ ਇਹ ਵੀ ਕੈਰੋਂ ਦੇ ਟਾਈਮ 'ਤੇ? ਕੈਰੋਂ ਨਹੀਂ ਕਰਵਾਈ ਹੈ, ਇਹ ਅਮਰੀਕਾ ਪੜ੍ਹ ਕੇ ਆਇਆ ਸੀ ਨਾ। ਅੱਛਾ। ਅਮਰੀਕਾ ਪੜ੍ਹ ਕੇ ਆਇਆ, ਉੱਥੇ ਦੇਖਿਆ ਇਹਨੇ ਵੀ ਇੱਥੇ ਭੋਰਾ ਭੋਰਾ ਖੱਤੀਆਂ 'ਚ ਕੁਛ ਬਣਦਾ ਨਹੀਂ ਨਾ। ਮੈਂ ਉਹੀ ਪੁੱਛਣ ਲੱਗਿਆ ਸੀ, ਮਰੱਬੇਬੰਦੀ ਦਾ ਕੀ ਫਾਇਦਾ ਹੋਇਆ ਪੰਜਾਬ ਨੂੰ? ਉਹ ਕਹਿੰਦਾ ਸੀ ਵੀ ਜਦ ਬਿੱਘਾ ਬਿੱਘਾ ਦੋ ਬਿੱਘਾ, ਨਾ ਤਾਂ ਤੁਸੀਂ ਸਿੰਜਣ ਦਾ ਕੋਈ ਸਾਧਨ ਬਣਾ ਸਕਦੇ ਹੋ, ਨਾ ਤੁਸੀਂ ਕੋਈ ਮਸ਼ੀਨਰੀ ਵਰਤ ਸਕਦੇ ਹੋ ਇਹਦੇ 'ਚ। ਹੁਣ ਛੋਟੇ ਛੋਟੇ ਖੇਤਾਂ 'ਚ ਕੀ ਕਰੂ ਮਸ਼ੀਨਰੀ? ਐਂ ਹੁੰਦੇ ਸੀ ਖੇਤ ਵਿੱਚ 2 ਕਿੱਗੇ ਉੱਧਰ ਆ, 2 ਕਿੱਗੇ ਇੱਧਰ, 5-5, 4-4 ਬਿਸਵੇ ਦੀਆਂ ਖੱਤੀਆਂ, ਪਿੱਛੋਂ ਵੰਡਦੇ 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 ਇੱਦਾਂ ਪੀੜ੍ਹੀਆਂ ਤੋਂ ਵੰਡੀਆਂ ਜਾ ਰਹੀਆਂ ਸੀ।
ਉਹ ਚੀਜ਼ ਨੇ ਬੰਦ ਕਰਕੇ ਫਿਰ ਇਹਨੇ ਬੰਦ ਕਰਕੇ ਇਹਨੇ ਕਹਿੰਦਾ ਵੀ ਜ਼ਮੀਨ ਦਾ ਮੁੱਲ ਪਾ ਲਿਆ ਕਰੋ, ਜਿਵੇਂ ਰੁਪਈਏ ਤੱਕ ਮੁੱਲ ਰੱਖਿਆ ਇਹਨਾਂ ਨੇ ਸਾਰੀ ਜ਼ਮੀਨ ਦਾ। ਅੱਛਾ, ਜਿਵੇਂ ਆਪਣੇ ਫਿਰ ਉਹ ਲਿੱਦੜਾਂ ਵਾਲਾ ਸੀਗਾ ਇਹ ਚਾਰ ਆਨੇ 'ਚ ਸੀ, ਚੰਗੀ ਮਾੜੀ ਜ਼ਮੀਨ 'ਤੇ। ਹਾਂ, ਆਪਣੇ ਕੂਆਂ ਵਾਲੀ ਸੀ ਚੌਦਾਂ ਆਨੇ 'ਚ, ਜਿਹੜੀ ਮੁੱਢ ਸੀ ਇਹ ਰੁਪਈਏ 'ਚ। ਹੁਣ ਉਹਦੇ 'ਚ ਜਿਹੜੇ ਚੁਸਤ ਬੰਦੇ ਸੀ ਫਾਇਦਾ ਆਉਣ ਲੈ ਕੇ, ਰੁਪਈਏ ਵਾਲਿਆਂ ਨੇ ਚਵਾਨੀ ਵਾਲੀ 'ਚ ਕਟਾ ਲਈ ਵੀ ਜ਼ਮੀਨ ਸਾਨੂੰ ਜਿਹੋ ਜਿਹੀ ਮਰਜ਼ੀ ਆ। ਹਾਂ, ਵੱਧ ਜਾਵੇ ਚੌਕਣੀ ਹੋ ਗਈ, ਜਿਨ੍ਹਾਂ ਦੀ ਚਵਾਨੀ 'ਚ ਰੁਪਈਏ 'ਚ ਆ ਗਈ ਉਹਨਾਂ ਦੀ ਚੌਥਾ ਹਿੱਸਾ ਹੀ ਰਹੇਗੀ, ਚੌਥਾ ਹਿੱਸਾ ਰਹੇਗੀ। ਪਰ ਤਰੱਕੀ ਉਦੋਂ ਬਾਅਦ ਹੀ ਕੀਤੀ ਆ ਪੰਜਾਬ, ਇਹ ਗੱਲ ਪੱਕੀ ਆ ਵੀ ਮਰਬੀ ਬੰਦੀ ਤੋਂ ਬਾਅਦ ਭਲਾ ਤਾਂ ਹੋਇਆ ਪੰਜਾਬ। ਹਾਂ, ਭਲਾ ਤਾਂ ਹੋਇਆ। ਸੋ ਤੁਸੀਂ ਫਿਰ ਨੌਕਰੀ ਕੀਤੀ 1970 ਤੱਕ ਜੀ? 70 ਤੱਕ ਪਾਣੀਪਤ ਹੀ ਰਹੇ ਫਿਰ? ਨਹੀਂ, ਫਿਰ ਆ ਗਿਆ ਨੀ ਲੋਕ ਜੀ। ਅੱਛਾ, ਉਦੋਂ ਇੱਕ ਹੋਰ ਪੰਗਾ ਅੜ ਗਿਆ ਫਿਰ ਮੇਰਾ ਨੌਕਰੀ ਛੱਡਣ ਵੇਲੇ ਤਾਂ। ਇਹਨਾਂ ਨੇ ਬਾਹਰਲੇ ਮੁਲਕਾਂ 'ਚ ਬੰਦੇ ਭੇਜਣੇ ਸੀਗੇ ਟ੍ਰੇਨਿੰਗ ਵਾਸਤੇ। ਅੱਛਾ, ਮੇਰਾ ਨਾਮ ਸਿਲੈਕਟ ਹੋ ਗਿਆ ਜਰਮਨ ਵਾਸਤੇ। ਅੱਛਾ, ਅਤੇ ਜਦੋਂ ਜਰਮਨ ਵਾਸਤੇ ਸਿਲੈਕਟ ਹੋ ਗਿਆ ਸਿਰਫ ਇੰਨਾ ਹੀ ਬਾਕੀ ਸੀ ਵੀ ਕਿੰਨੀ ਤਰੀਕ ਨੂੰ ਤੁਸੀਂ ਜਾਣਾ। ਇਹ ਉਦੋਂ ਪੰਜਾਬ ਹਰਿਆਣਾ ਵੰਡੇ ਗਏ ਸੀ? ਹਾਂ, ਕਿਉਂਕਿ ਇਹ ਤਾਂ ਮੇਰੇ ਖਿਆਲ 66 'ਚ ਵੰਡਿਆ ਗਿਆ ਫਿਰ। ਹਾਂ, 66 'ਚ ਵੰਡਿਆ ਗਿਆ ਸੀ। ਅਸੀਂ ਫਿਰ ਮਤਲਬ ਸਾਡੀ ਐਲੋਕੇਸ਼ਨ ਉੱਧਰ ਹੀ ਹੋ ਗਈ ਹਰਿਆਣੇ 'ਚ ਹੀ। ਅੱਛਾ, ਇਹ ਜਦੋਂ ਇੰਨਾ ਹੀ ਬਾਕੀ ਰਹਿ ਗਿਆ ਇਹ ਡੀ ਸੀ ਨੂੰ ਇਨਫਾਰਮ ਕਰਨਾ ਪੈਂਦਾ ਸੀ ਮੁੱਖ ਮੰਤਰੀ ਨੂੰ। ਅੱਛਾ, ਇਹਨੇ ਇਨਫਾਰਮ ਕੀਤਾ ਕਰਨਾਲ ਡੀ ਸੀ ਨੂੰ ਬਈ ਆਹ ਬੰਦੇ ਨੇ ਜਰਮਨ ਜਾਣਾ, ਖਰਚਾ ਸਰਕਾਰ ਦਾ ਹੋਊ, ਇੱਥੇ ਦੀ ਤਨਖਾਹ ਜਮ੍ਹਾਂ ਹੋਊ, ਉੱਥੇ ਦੀ ਤਨਖਾਹ ਉੱਥੇ ਮਿਲੂ। ਅਤੇ ਇਹਨਾਂ ਨੇ ਬੰਸੀ ਲਾਲ ਨੇ ਸੋਚਿਆ ਵੀ ਹਰਿਆਣੇ ਦੇ ਵਿੱਚੋਂ ਪੰਜਾਬੀ ਫਾਇਦਾ ਕਿਵੇਂ ਲੈ ਜਾਣ। ਅੱਛਾ, ਉਹਨੇ ਕਰਨਾਲ ਡੀ ਸੀ ਨੂੰ ਫੋਨ ਕੀਤਾ ਵੀ ਤੂੰ ਹੁਣੇ ਹੀ ਐਕਰ ਵਾਲਿਆਂ ਨੂੰ ਜਾ ਕੇ ਇਹ ਕਹਿ ਵੀ ਹਰਿਆਣੇ ਦੇ ਵਿੱਚੋਂ ਜੇ ਬਾਹਰ ਜਾਣਾ ਤਾਂ ਹਰਿਆਣੇ ਦਾ ਬੰਦਾ ਜਾਊ। ਅੱਛਾ, ਪੰਜਾਬ ਦਾ ਨਹੀਂ, ਪੰਜਾਬ ਵਾਲਾ ਪੰਜਾਬ 'ਚੋਂ ਜਾਵੇ। ਐਸ ਐਸ ਪੀ ਆਇਆ, ਆ ਕੇ ਉਹਨੇ ਚੀਫ ਇੰਜੀਨੀਅਰ ਨੂੰ ਕਹਿੰਦਾ ਜੀ ਮੁੱਖ ਮੰਤਰੀ ਦੇ ਆਰਡਰ ਨੇ। ਉਹ ਕਹਿੰਦਾ ਕੀ? ਕਹਿੰਦਾ ਇੱਕ ਨਕਲ। ਉਹ ਕਹਿੰਦਾ ਵੀਰੇ ਇਹਦੇ ਉੱਤੋਂ ਦੀ ਤਾਂ ਆਪਾਂ ਕੁਛ ਕਰ ਨਹੀਂ ਸਕਦੇ। ਉਹਨੇ ਮੈਨੂੰ ਸੱਦਿਆ, ਮੈਨੂੰ ਸੱਦ ਕੇ ਕਹਿਣ ਲੱਗਿਆ ਬਈ ਜੀ ਤੁਸੀਂ ਨਹੀਂ ਇੱਧਰੋਂ ਜਾ ਸਕਦੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਗੱਲ ਆ ਇਹ ਵੀ ਜਾਂ ਤਾਂ ਮੇਰੇ ਤੋਂ ਵੱਧ ਕੁਆਲੀਫਿਕੇਸ਼ਨ ਵਾਲਾ ਹੋਊਗੀ ਬੰਦਾ ਕੋਈ, ਉਹ ਚਲਿਆ ਜਾਵੇ, ਅਤੇ ਜੇ ਮੇਰੇ ਤੋਂ ਘੱਟ ਵਾਲਾ ਜਾਊ ਕੱਲ੍ਹ ਨੂੰ ਸਾਡੀ ਪ੍ਰਮੋਸ਼ਨ ਆਉਣੀ ਆ ਫਿਰ ਵੀ ਇਹੀ ਕੁਛ ਹੋਊਗਾ, ਫਿਰ ਅਸੀਂ ਹੁਣ ਸਾਰੀ ਹੁਣ ਮਕੈਨਿਕ ਹੀ ਥੋੜ੍ਹੇ ਰਹਾਂਗੇ। ਉਹ ਕਹਿੰਦਾ ਇੱਥੇ ਤਾਂ ਐਵੇਂ ਹੀ ਚੱਲੂ। ਅੱਛਾ, ਕਿ ਉਹਨੂੰ ਪਤਾ ਸੀਗਾ ਪਾਲਸੀ ਦਾ ਥੱਲੇ ਤੱਕ ਹੀ ਅਫਸਰ ਬਦਲੇ ਹੋਏ ਸੀ। ਅਤੇ ਮੈਂ ਕਿਹਾ ਜੀ ਫਿਰ ਏਕੜ ਤਾਂ ਅਸੀਂ ਕਰਨੀ ਨਹੀਂ। ਮੈਂ 12 ਮੰਥ ਨੋਟਿਸ ਦੇ ਕੇ ਰਿਜ਼ਾਈਨ ਦਿੱਤਾ। ਅਤੇ ਫਿਰ ਸਾਡਾ GM ਆਇਆ, ਉਹ ਮਹਾਰਾਜ ਪਟਿਆਲੇ ਦਾ ਰਿਸ਼ਤੇਦਾਰ ਸੀ। ਉਹ ਕਹਿਣ ਲੱਗਿਆ ਵੀ ਮੈਂ ਉੱਥੇ ਗੱਲਾਂ ਸੁਣਦਾ, ਤੁਹਾਨੂੰ ਤਾਂ ਸਜ਼ਾ ਉਹ ਕੱਢਣਗੇ। ਅੱਛਾ, ਕਿਉਂਕਿ ਕੇਸ ਤੁਹਾਡੀ ਤਾਂ ਬਣ ਜਾਣੇ ਨੇ, ਜਦ ਤਾਂ ਸਾਰੀ ਇਹਨਾਂ ਦੀ ਹੈ, ਅਤੇ ਜੇ ਬਿਨਾਂ ਜੇਲ੍ਹ ਤੋਂ ਜਾਣਾ ਤਾਂ ਛੱਡਣਾ ਆਪਣੇ ਆਪ ਹੀ ਛੱਡ ਦਿਓ। ਅੱਛਾ, ਚੱਲ ਪੰਜਾਬ ਅਤੇ ਹਰਿਆਣਾ ਵੰਡ ਦੇ ਸੰਤਾਪ ਨੇ ਜੀ, ਜਦੋਂ ਪੰਜਾਬ ਅਤੇ ਹਰਿਆਣਾ ਦੀ ਵੰਡ ਹੋ ਗਈ, ਜਿਹੜੇ ਲੋਕ ਹਰਿਆਣੇ 'ਚ ਰਹਿ ਗਏ ਚਾਹੇ ਉਹ ਜ਼ਮੀਨਦਾਰ ਸੀ ਚਾਹੇ ਨੌਕਰੀ ਪੇਸ਼ਾ ਲੋਕ ਸੀ, ਉਹਨਾਂ ਨੂੰ ਜਿਹੜੀਆਂ ਦਿੱਕਤਾਂ ਆਈਆਂ ਉਹਨਾਂ ਦੀ ਗੱਲ ਕਰ ਰਹੇ ਹਾਂ ਇਸ ਵੇਲੇ ਆਪਾਂ। ਹਾਂਜੀ, ਮੈਂ ਸੰਤ ਫਤਿਹ ਸਿੰਘ ਅਕਾਲੀ ਦਲ ਦਾ ਪ੍ਰਧਾਨ ਹੁੰਦਾ, ਸੰਤ ਚੰਨਣ ਸਿੰਘ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਦਾ, ਮੈਂ ਇਹਨਾਂ ਨੂੰ ਚਿੱਠੀ ਲਿਖੀ। ਮੈਂ ਕਿਹਾ ਜੀ ਬਈ ਜੇ ਪੋਸਟਾਂ ਨਿਕਲਦੀਆਂ ਨੇ
ਹਰਿਆਣੇ 'ਚ, ਹਰਿਆਣੇ ਵਾਲੇ ਕਹਿੰਦੇ ਪੰਜਾਬ ਵਾਲੇ ਪੰਜਾਬ 'ਚ ਕਰੋ, ਜੇ ਅਸੀਂ ਪੰਜਾਬ 'ਚ ਜਾਂਦੇ ਹਾਂ ਉਹ ਕਹਿੰਦੇ ਤੁਹਾਡੀਆਂ ਐਕਸਪੀਰੀਅੰਸ ਤਾਂ ਸਾਰਾ ਕੁਛ ਤਾਂ ਹਰਿਆਣੇ ਦਾ, ਤੁਸੀਂ ਆਪਦਾ ਹਰਿਆਣੇ 'ਚ ਹੀ ਥੋਂ ਕਰੋ। ਸਾਨੂੰ ਕੋਈ ਜਵਾਬ ਨਹੀਂ ਦਿੱਤੇ। ਦੋ ਵਾਰੀ ਮੈਂ ਚਿੱਠੀਆਂ ਪਾ ਚੁੱਕਿਆ ਸਲਤ ਫਤਿਹ ਸਿੰਘ ਉਹਨਾਂ ਨੂੰ, ਉਹ ਕਹਿੰਦੇ ਤੁਹਾਡੀ ਆਪਦੀ ਸਰਕਾਰ ਨਾਲ ਗੱਲ ਕਰੋ। ਸੋ ਉਦੋਂ ਫਿਰ ਐਂ ਚੱਲਦਾ ਸੀ, ਥੋੜ੍ਹਾ ਜਿਹਾ ਲੋਕਾਂ 'ਚ ਵੀ ਰੇਸਿਜ਼ਮ ਜਿਹਾ ਆ ਗਿਆ ਸੀਗਾ, ਲੋਕਾਂ 'ਚ ਤਾਂ ਬਾਹਲਾ ਆਇਆ, ਸਤਿਕਾਰ ਘੱਟ ਗਿਆ। ਜਦ ਹਰਿਆਣਾ ਔਰ ਪੰਜਾਬ ਬਣੇ ਨੇ, ਜਦ ਵੀ ਲੋਕਾਂ ਦੀ ਲੁੱਟ ਮਾਰ ਬਹੁਤ ਹੋਈ ਉਦੋਂ, ਸੋ ਉਦੋਂ ਵੀ ਹੋਈ ਆ। ਹਾਂ, ਉਹ ਕਈ ਮੈਂ ਪੜ੍ਹਦਾ ਹੁੰਦਾ ਕਿਤੇ, ਹਰਿਆਣੇ ਪੰਜਾਬ ਦਾ ਇੰਨਾ ਫਰਕ ਪਿਆ, ਮੈਂ ਜੇ ਅਸੀਂ ਅੱਗੇ ਪਾਸੇ ਜਾਣਾ ਨਾ, ਜੱਟਾਂ ਨੇ ਸੀਟ ਛੱਡ ਕੇ ਉੱਠ ਖੜਨਾ, ਸਰਦਾਰ ਜੀ ਤੁਸੀਂ ਬੈਠ ਜਾਓ। ਸਤਿਕਾਰ, ਜਦੋਂ ਹਰਿਆਣਾ ਰਹਿਦਾ ਹੋ ਗਿਆ, ਜੱਟਾਂ ਨੇ ਜਾਣ ਕੇ ਬੀੜੀ ਲਾਉਣੀ। ਅੱਛਾ, ਜੇ ਅਸੀਂ ਕਹਿਣਾ ਵੀ ਚੌਧਰੀ ਵੀ ਬੀੜੀ ਨਾ ਲਾ, ਸਰਦਾਰ ਜੀ ਹਰਿਆਣਾ ਆਇਆ ਪੰਜਾਬ ਨਹੀਂ। ਅੱਛਾ, ਸੋ ਤੁਹਾਨੂੰ ਸਾਰ ਜੇ ਦਿਸ ਗਏ। ਹਾਂ, ਅਤੇ ਫਿਰ ਤੁਸੀਂ ਰਿਜ਼ਾਈਨ ਕਰਤਾ ਜਾਂ ਪੈਨਸ਼ਨ ਦਾ ਕੋਈ ਸੀਗਾ ਚੱਕਰ? ਪੈਨਸ਼ਨ ਦਾ ਤਾਂ ਹੈ ਹੀ ਨਹੀਂ ਸੀ ਕਾਰਪੋਰੇਸ਼ਨ 'ਚ। ਅੱਛਾ, ਜਿਵੇਂ ਹੁਣ ਇਹਨਾਂ ਨੇ ਕਰਿਆ ਹੋਇਆ। ਮੈਂ ਤਾਂ ਰਿਜ਼ਾਈਨ ਹੀ ਕਰਤਾ ਸੀ। ਸੋ ਲਗਭਗ 1970 'ਚ, ਪੰਜਾਬ ਐਗਰੋ ਵਾਲੇ ਮੈਨੂੰ ਸੱਦਦੇ ਸੀ, ਇਹਨਾਂ ਨੇ ਤਾਂ ਮੈਨੂੰ ਬਹੁਤ ਚਿੱਠੀਆਂ ਪਾਈਆਂ ਵੀ ਤੂੰ ਸਾਡੇ ਕੋਲ ਆ ਜਾ। ਅੱਛਾ, ਤਾਂ ਫਿਰ ਤੁਸੀਂ ਗਏ ਨਹੀਂ? ਪਰ ਮੈਂ ਕਿਹਾ ਹੁਣ ਸ਼ੁਕਰ ਛੱਡਤੀ ਛੱਡੀ ਦਿੱਤੀ, ਫਿਰ ਆ ਕੇ ਬਿਜ਼ਨਸ ਕਰ ਲਿਆ। ਸੋ ਆਪਾਂ ਗਾਹਾਂ ਲਈ ਕਿਤੇ ਪ੍ਰੋਗਰਾਮ ਦੇ ਵਿੱਚ ਫਿਰ ਬਾਪੂ ਜੀ ਨੂੰ ਲਿਆਵਾਂਗੇ ਜ਼ਰੂਰ ਜੀ, ਅਤੇ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ, ਕਿਉਂਕਿ ਇਹੀ ਚੀਜ਼ਾਂ ਸਿੱਖਣ ਵਾਲੀਆਂ ਨੇ ਵੀ ਜਦੋਂ ਦੇਸ਼ ਵੰਡ ਹੁੰਦੇ ਆ, ਦੇਸ਼ ਦੇ ਵਿੱਚ ਪੰਜਾਬ ਅਤੇ ਹਰਿਆਣਾ ਵੰਡ ਹੋਏ, ਉਦੋਂ ਲੋਕਾਂ 'ਤੇ ਆਮ ਜਨਤਾ 'ਤੇ ਕੀ ਅਸਰ ਪਿਆ, ਕਿੰਨੀਆਂ ਹੀ, ਜਿੰਨਾ ਕੁ ਮੈਂ ਪੜ੍ਹਿਆ ਸੁਣਿਆ ਵੀ ਟਰਾਂਸਪੋਰਟ ਸੀ ਉਹ ਇਹਨਾਂ ਨੇ ਕਰ ਦਿੱਤੀ, ਨੈਸ਼ਨਲਾਈਜ਼ ਕਰਤੀ, ਕਿਉਂਕਿ ਪੰਜਾਬੀਆਂ ਦੀ ਟਰਾਂਸਪੋਰਟ ਸੀ ਹਰਿਆਣੇ 'ਚ ਬਹੁਤੀ, ਅਤੇ ਬਹੁਤ ਵੱਡੇ ਵੱਡੇ ਨੁਕਸਾਨ ਲੋਕਾਂ ਨੂੰ ਝੜਨੇ ਪਏ। ਇੰਟਰਵਿਊਆਂ 'ਤੇ ਜਦ ਜਾਂਦੇ ਸੀ, ਮੈਂ ਆਪ ਦੇਖਦਾ ਰਿਹਾ ਇੱਕ ਰੋਜ਼, ਮੈਨੂੰ ਅੰਦਰ ਉੱਥੇ ਗੇਟ 'ਚ ਬਿਠਾ ਦੇਣਾ ਵੀ ਭੇਜਤੀ, ਪੰਜਾਬੀ ਮੁੰਡਿਆਂ ਨੇ ਅਪਲਾਈ ਕਰਨਾ, ਜਿਹੜੇ ਚੇਅਰਮੈਨ ਆਉਂਦੇ ਸੀ ਉਹਨੇ ਆ ਕੇ ਵਿੱਚ ਪੁੱਛਣਾ ਨਾ, ਦੇਖਿਆ ਵੀ ਸਰਦਾਰ ਆ ਮੁੰਡਾ, ਸਰਦਾਰ ਜੀ ਹਰਿਆਣਾ ਮੈਂ ਨੌਕਰੀ ਕਰਨੀ ਹੈ, ਤੋ ਜੱਟ ਦੀ ਕਬੇੜ ਸੇ ਜਨਮ ਲੈਣਾ ਤਾਂ। ਅੱਛਾ, ਇੱਥੇ ਤੱਕ ਐਂ ਕਹਿ ਕੇ ਗੈਟ ਆਊਟ, ਬਾਹਰ ਚੱਲ। ਹੁਣ ਇੱਥੇ ਬੈਠੇ ਕਹੀ ਜਾਂਦੇ ਜੀ ਪੰਜਾਬੀ ਸੂਬਾ ਫਲਾਨਾ ਸੂਬਾ, ਜਿਨ੍ਹਾਂ ਨੇ ਭੁਗਤੀਆਂ ਨੇ ਉਹਨਾਂ ਨੂੰ ਪਤਾ ਉਦੋਂ ਉੱਥੇ। ਸੋ ਪੰਜਾਬੀ ਸੂਬੇ 'ਤੇ ਤੁਹਾਡਾ ਕੀ ਹੈ, ਜੇ ਤੁਸੀਂ ਪੰਜਾਬੀ ਸੂਬੇ ਨੂੰ ਡਿਸਕ੍ਰਾਈਬ ਕਰਨਾ ਹੋਵੇ, ਤੁਸੀਂ ਕੀ ਸਮਝਦੇ ਹੋ ਵੀ ਫਾਇਦਾ ਹੋਇਆ ਨੁਕਸਾਨ ਹੋਇਆ, ਜਾਂ ਕਿਹਨੂੰ ਫਾਇਦਾ ਹੋਇਆ ਕਿਹਨੂੰ ਨੁਕਸਾਨ ਹੋਇਆ? ਕੋਈ ਘਰ ਹੋਵੇ, ਕੋਈ ਸੂਬਾ ਹੋਵੇ, ਕੋਈ ਦੇਸ਼ ਹੋਵੇ, ਜਿੰਨਾ ਛੋਟਾ ਹੋ ਜੇ ਤੰਗ ਹੋਊ, ਬਸ ਇਹ ਸਿੱਧੀ ਗੱਲ ਹੈ। 34 ਟਰਾਂਸਪੋਰਟਾਂ ਸੀ ਪੰਜਾਬੀਆਂ ਦੀਆਂ ਹਰਿਆਣੇ 'ਚ, ਟੋਟਲ 49 ਸੀ, 34 ਪੰਜਾਬੀਆਂ ਦੀਆਂ ਸੀ, 49 ਦੇ ਵਿੱਚੋਂ 34 ਟਰਾਂਸਪੋਰਟਾਂ ਪੰਜਾਬੀਆਂ ਨੇ ਸੀ। ਇਹਨਾਂ ਨੇ ਕਿਹਾ ਵੀ ਕੋਈ ਢੰਗ ਨਹੀਂ ਇਹਨਾਂ ਨੂੰ ਕੱਢਣ ਦਾ, ਨੈਸ਼ਨਲਾਈਜ਼ ਕਰਤੀ, ਹਰਿਆਣਾ ਟਰਾਂਸਪੋਰਟ ਬਣ ਗਈ। ਹਾਂ, ਵੀ ਇਸ ਤਰ੍ਹਾਂ ਹਰਿਆਣਾ ਰੋਡ ਵਿੱਚ ਚਲਾਵਾਂਗੇ। ਉਹ ਸਭ ਰਗੜ ਕੇ ਤਿੰਨ ਸੀਗੀਆਂ ਜਿਹਨਾਂ ਦੇ ਹੈੱਡ ਆਫਿਸ ਬਾਹਰ ਸੀ ਹਰਿਆਣੇ ਤੋਂ, ਵਰਕ ਉੱਥੇ ਕਰਦੀਆਂ ਸੀ, ਇੱਕ ਤਾਂ ਸਿੰਡੀਕੇਟ, ਇੱਕ ਇਤਿਹਾਸ, ਇੱਕ ਕ੍ਰਿਸ਼ਨਾ। ਅੱਛਾ, ਇਹਨਾਂ ਤਿੰਨਾਂ ਦੇ ਬਾਹਰ ਸੀ, ਇਹ ਤਿੰਨ ਹੁਣ ਵੀ ਚੱਲਦੀਆਂ ਨੇ। ਅੱਛਾ, ਬਾਕੀ ਸਭ ਖਤਮ, ਸਭ ਖਤਮ ਕਰਤੀ ਆ ਇੰਡੀਅਨ ਵਾਲਿਆਂ ਦੇ, ਕਰਨਾਲ ਮਨਾਪਲੀ ਹੁੰਦੀ ਪੂਰੀ, ਹੁਣ ਫਿਰਦੇ ਆ ਕਿਤੇ ਇੱਕ ਕਿਤੇ ਆ ਦੋ ਕਿਤੇ ਨੇ। ਸੋ ਥੱਲੇ ਆਮ ਜਨਤਾ 'ਤੇ ਵੀ ਅਸਰ ਪੈਂਦਾ ਜੇ ਦੇਸ਼ ਵੰਡ ਹੁੰਦੇ ਆ, ਸੂਬੇ ਵੰਡ ਹੁੰਦੇ ਆ? ਰਾਜਸਥਾਨ ਦੇ ਲੋਕਾਂ ਦਾ ਪੰਜਾਬ ਵਾਲਿਆਂ ਨਾਲ ਕੋਈ ਦੁਸ਼ਮਣੀ ਨਹੀਂ, ਹਰਿਆਣੇ ਦੇ ਵਿੱਚ ਤਾਂ ਜਿਵੇਂ ਸਰੀਕਾਂ ਦੀ ਹੁੰਦੀ ਆ ਨਾ, ਆਏ ਆ
ਹੁਣ ਵੀ ਖਤਰਾ ਬਣਿਆ ਹੀ ਰਹਿੰਦਾ ਜੀ ਬੰਦਾ ਗਾਹੇ ਬਗਾਹੇ ਦੇਖਦੇ ਹਾਂ ਹਰਿਆਣੇ ਵਾਲਿਆਂ ਨਾਲ ਕਈ ਵਾਰੀ ਹੁਣ ਕਿਸਾਨ ਮੋਰਚੇ 'ਚ ਆ ਕੇ ਥੋੜ੍ਹਾ ਜਿਹਾ ਚਲੋ ਆਪਸ 'ਚ ਅੰਡਰਸਟੈਂਡਿੰਗ ਹੋ ਇਹੀ ਸੈਂਟਰ ਤੋਂ ਚੱਲ ਨਹੀਂ ਹੁੰਦਾ ਹੁਣ ਹਾਂ ਵੀ ਇਕੱਠੇ ਹੋ ਗਏ ਇਹ ਉਹਨਾਂ ਲਈ ਖਤਰਾ ਹੁਣ ਸੈਂਟਰ ਲਈ ਇਹ ਗੱਲ ਮਾੜੀ ਹੋ ਗਈ ਸੋ ਅਗਲੇ ਪ੍ਰੋਗਰਾਮ 'ਚ ਆਪ ਜੀ ਨਾਲ ਸਾਂਝ ਪਾਵਾਂਗੇ ਜੀ ਤੁਸੀਂ ਬਸ ਉਹ ਤਿੰਨ ਕੰਮ ਹੀ ਕਰਿਆ ਕਰਨੇ ਆ ਲਾਈਕ ਕਮੈਂਟ ਅਤੇ ਸ਼ੇਅਰ ਅਤੇ ਬਾਪੂ ਜੀ ਦੀ ਸਿਹਤ ਬੜਾ ਲੰਮਾ ਸਮਾਂ ਬਹਿ ਵੀ ਨਹੀਂ ਸਕਦੇ ਇਸ ਕਰਕੇ ਅੱਜ ਦੇ ਪ੍ਰੋਗਰਾਮ ਇੱਥੇ ਵਿਰਾਮ ਦਿੰਦੇ ਹਾਂ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਇਹਨੇ ਜ਼ਿੰਦਗੀ ਦਾ ਸੰਘਰਸ਼ ਅਜੇ ਤਾਂ ਮੈਨੂੰ ਲੱਗਦਾ ਵੀ ਸ਼ੁਰੂ ਹੋਇਆ ਚੱਲਿਆ ਕਿੱਥੇ ਤੱਕ ਉੱਥੇ ਤੱਕ ਲੈ ਕੇ ਜਾਵਾਂਗੇ ਹੌਲੀ ਹੌਲੀ ਇਹ ਸਾਰੀਆਂ ਗੱਲਾਂ ਮਤਲਬ ਤੁਸੀਂ ਜ਼ਰੂਰ ਜੇ ਕੋਈ ਆਰਮੀ ਅਫੀਸਰ ਆ ਲਾਈਫ ਦੇ ਵਿੱਚ ਕੋਈ ਸੰਘਰਸ਼ ਕੋਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਦੱਸੀਆਂ ਜਾ ਸਕਦੀਆਂ ਅਤੇ ਸੁਣਨ ਵਾਲਿਆਂ 'ਤੇ ਕੋਈ ਪੋਜ਼ੀਟਿਵ ਅਸਰ ਪੈ ਸਕਦਾ ਉਹਨਾਂ ਨੂੰ ਕੋਈ ਸਿੱਖਿਆ ਮਿਲ ਸਕਦੀ ਆ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਸਕਰੀਨ 'ਤੇ ਸਾਡਾ ਨੰਬਰ ਆ ਰਿਹਾ ਤੁਹਾਨੂੰ ਵੀ ਅਸੀਂ ਪ੍ਰੋਗਰਾਮ 'ਚ ਜ਼ਰੂਰ ਲੈ ਕੇ ਆਵਾਂਗੇ ਜਿਹੜਾ ਆਉਣਾ ਚਾਹੁੰਦਾ ਹੋਊਗਾ ਜੇ ਤੁਹਾਡਾ ਜ਼ਿੰਦਗੀ ਆ ਜਿਹੜੀ ਉਹ ਕਿਸੇ ਤਰ੍ਹਾਂ ਵੱਖਰੀ ਆ ਜਾਂ ਯੂਨੀਕ ਆ ਜਾਂ ਉਹ ਤੋਂ ਕੋਈ ਸੇਧ ਮਿਲ ਸਕਦੀ ਆ ਅੱਜ ਦੇ ਨਹੀਂ ਨਵੇਂ ਪ੍ਰੋਗਰਾਮ 'ਚ ਫਿਰ ਸਾਂਝ ਪਾਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ